ਪਟਿਆਲੇ ਦੇ ਮੁੰਡੇ ਪੁੱਛ ਪੁੱਟ ਗੱਭਰੂ ਦੇ ਸੋਹਣੇ ਪੱਗਾਂ ਪੋਚਵੀਆਂ ਕਹਿੰਦੇ ਦਿਲਾਂ ਵੱਟੇ ਦਿਲ ਨੇ ਵਟਾਉਣਾ। ਬਹੁਤ ਹੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਰ ਰਮਿੰਦਰ ਸਿੰਘ ਦੇ ਇਸ ਉਪਰਾਲੇ ਨੂੰ, ਹਮੇਸ਼ਾ ਹੀ ਲਾਈਫ ਦੇ ਵਿੱਚ ਯਾਦਗਾਰੀ ਅਵਾਰਡ ਬਣਿਆ ਰਹੂਗਾ। ਸਾਰਿਆਂ ਨੂੰ ਸਨਮਾਨਿਤ ਕੀਤਾ, ਇਹ ਬਹੁਤ ਹੀ ਚੰਗੀ ਗੱਲ ਆ। ਗੁਰੂ ਨੂੰ ਤਾਂ ਮੰਨਦੇ ਆ ਰਹੇ ਹਾਂ, ਗੁਰੂ ਦੀ ਵੀ ਮੰਨਣਾ ਸ਼ੁਰੂ ਕਰ ਦਿਆਂਗੇ। ਅਤੇ ਪੰਜਾਬ ਸਰਕਾਰ ਦੇ ਵੱਲੋਂ ਬਾਬੇ ਨਾਨਕ ਦੇ ਨਾਂ ਦੇ ਉੱਤੇ ਅਵਾਰਡ ਜਿਹੜੇ ਨੇ ਦਿੱਤੇ ਜਾ ਰਹੇ ਨੇ, ਅਤੇ ਇਸ ਵੇਲੇ ਸਾਡੇ ਨਾਲ ਕਮਲਜੀਤ ਸਿੰਘ ਬਖਸ਼ੀ ਜੀ ਮੌਜੂਦ ਨੇ, ਨਿਊਜ਼ੀਲੈਂਡ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਚੌਥੀ ਵਾਰ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਤੁਹਾਨੂੰ ਸਨਮਾਨ ਮਿਲਿਆ ਪੰਜਾਬ ਸਰਕਾਰ ਦੇ ਵੱਲੋਂ, ਕਿਸ ਤਰੀਕੇ ਮਹਿਸੂਸ ਕਰ ਰਹੇ ਹੋ, ਕੀ ਕਹਿਣਾ ਚਾਹੋ? ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪੂਰੀ ਦੁਨੀਆ ਤੋਂ ਜਿਹੜੇ ਪੰਜਾਬੀ ਜਿੱਥੇ ਵੀ ਵੱਸਦੇ ਨੇ ਔਰ ਉਹਨਾਂ ਨੇ ਮੱਲਾ ਮਾਰਿਆ, ਉਹਨਾਂ ਨੂੰ ਅੱਜ ਉਹਨਾਂ ਦੀ ਸੇਵਾ ਲਈ ਰਿਕੋਗਨਾਈਜ਼ ਕੀਤਾ, ਔਰ ਖਾਸ ਤੌਰ 'ਤੇ ਇਹਦੀ ਅਹਿਮੀਅਤ ਹੈ ਕਿ ਇਹ 550ਵਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ। ਉਹਦੇ ਵਿੱਚ ਜੋ ਮਿਲਿਆ, ਇੱਕ ਬੜੀ ਅੱਛੀ ਇੱਕ ਫੀਲਿੰਗ ਆ ਰਹੀ ਹੈ, ਬੜੀ ਖੁਸ਼ੀ ਹੈ, ਔਰ ਮੇਰੇ ਖਿਆਲ ਮੇਰੀ ਆਉਣ ਵਾਲੀ ਜਨਰੇਸ਼ਨਸ ਜੋ ਨੇ ਇਸ ਚੀਜ਼ ਨੂੰ ਮਾਣ ਮਾਣਨਗੀਆਂ ਕਿ ਸਾਡੇ ਪੂਰਵਜਾਂ ਨੂੰ ਇਸ ਮੌਕੇ 'ਤੇ ਸਨਮਾਨ ਦਿੱਤਾ ਗਿਆ ਸੀ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਬੜੇ ਚਿਰਾਂ ਤੋਂ ਸਿੱਖਾਂ ਦੀ ਇੱਕ ਅਰਦਾਸ ਸੀ, ਉਹਦੇ ਬਾਰੇ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਕਿ ਉਹ ਕਿਸ ਤਰੀਕੇ ਕਿੰਨਾ ਵੱਡਾ ਹੈ ਸਿੱਖਾਂ ਦੇ? ਬਿਲਕੁਲ ਜੀ, 72 ਸਾਲ ਲੱਗ ਗਏ ਇਸ ਚੀਜ਼ ਨੂੰ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਜਾਣ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਅਤੇ ਉਹ ਅਰਦਾਸ ਸੁਣੀ ਗਈ ਹੈ। ਅਤੇ ਮੈਂ ਸਮਝਦਾ ਕਿ ਇਸ ਦੇ ਲਈ ਦੋਨੋਂ ਸਰਕਾਰਾਂ ਨੂੰ, ਭਾਰਤ ਸਰਕਾਰ ਔਰ ਪਾਕਿਸਤਾਨ ਸਰਕਾਰ, ਦੋਨਾਂ ਨੂੰ ਮੁਬਾਰਕ ਦੇਣੀ ਚਾਹੀਦੀ ਹੈ ਕਿ ਇਹਨਾਂ ਨੇ ਮਿਲ ਜੁਲ ਕੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਂਝੀ ਵਾਲਤਾ ਦਾ ਜਿਹੜਾ ਮੈਸੇਜ ਹੈ ਉਸ ਨੂੰ ਪ੍ਰੂਵ ਕੀਤਾ ਹੈਗਾ, ਔਰ ਖਾਸ ਤੌਰ 'ਤੇ ਜੋ ਇਹਦੇ 'ਤੇ ਪਬਲਿਕ ਫੰਡ ਦੀ ਇਨਵੈਸਟਮੈਂਟ ਕੀਤੀ ਗਈ ਹੈ ਰੋਡਸ ਬਣਾਉਣ ਲਈ, ਇਨਫਰਾਸਟ੍ਰਕਚਰ ਬਣਾਉਣ ਲਈ, ਉਹ ਵੀ ਇੱਕ ਮਿਸਾਲ ਹੈ। ਅਤੇ ਮੈਂ ਦੋਨੋਂ ਸਰਕਾਰਾਂ ਨੂੰ ਮੁਬਾਰਕਬਾਦ ਦਿੰਦਾ। ਉਮੀਦ ਕਰਦੇ ਹੋ ਕਿ ਬਾਬੇ ਨਾਨਕ ਦੇ ਨਾਂ 'ਤੇ ਇੱਕ ਨਵੀਂ ਸ਼ੁਰੂਆਤ ਹੋਈ ਹੈ, ਅਤੇ ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਅਕਸਰ ਅਸੀਂ ਕੁੜੱਤਣ ਵੇਖਦੇ ਹਾਂ, ਉਹਦੇ ਵਿੱਚ ਵੀ ਕਮੀ ਆਏਗੀ, ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨਗੇ? ਬਿਲਕੁਲ ਜੀ, ਇਹ ਛੋਟੇ ਛੋਟੇ ਸਟੈਪਸ ਜਿਹੜੇ ਨੇ ਜਦ ਲਿੱਤੇ ਜਾਂਦੇ ਨੇ, ਆਫਟਰ ਆਲ ਜੋ ਪਬਲਿਕ ਹੈ ਉਸ ਚੀਜ਼ ਨੂੰ ਜੋ ਮੈਸੇਜ ਹੈ ਉਹ ਪੋਲੀਟੀਸ਼ੀਅਨਸ ਤੱਕ ਵੀ ਪਹੁੰਚਾਉਂਦੀ ਹੈ। ਅਤੇ ਉਹ ਮੈਂ ਸਮਝਦਾ ਵਾਂ ਕਿ ਆਉਣ ਵਾਲਾ ਸਮੇਂ ਜੋ ਹੈ, ਔਰ ਖਾਸ ਤੌਰ 'ਤੇ ਕੱਲ੍ਹ ਜੋ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਅਗਰ ਬਰਲਿਨ ਦੀ ਦੀਵਾਰ ਗਿਰ ਸਕਦੀ ਹੈ ਤਾਂ ਇਹ ਜਿਹੜੀ ਦਰਾਰ ਹੈ ਇਹ ਵੀ ਖਤਮ ਹੋ ਕੇ ਇੱਕ ਵਾਰ ਫਿਰ ਤੋਂ ਅਸੀਂ ਰਲ ਮਿਲ ਕੇ ਇੱਕ ਬਹੁਤ ਅੱਛੇ ਤਰੀਕੇ ਨਾਲ ਇਸ ਖਿੱਤੇ ਦੇ ਅੰਦਰ ਤਰੱਕੀ ਕਰ ਸਕਦੇ ਹਾਂ। ਸਰ, ਇੱਕ ਨਿਊਜ਼ੀਲੈਂਡ ਬਾਰੇ ਦੱਸੋ ਕਿ ਉੱਥੇ ਬਾਬੇ ਨਾਨਕ ਨੂੰ ਕਿਸ ਤਰੀਕੇ ਨਾਲ ਯਾਦ ਕੀਤਾ ਜਾ ਰਿਹਾ, ਉਹਨਾਂ ਦਾ 550ਵਾਂ ਪ੍ਰਕਾਸ਼ ਪੁਰਬ ਕਿਵੇਂ ਮਨਾਇਆ ਜਾ ਰਿਹਾ? ਬਿਲਕੁਲ ਜੀ, ਸ਼ਰਧਾ ਦੇ ਜਿਹੜੇ ਸ਼ਰਧਾਲੂ ਨੇ ਗੁਰੂ ਨਾਨਕ ਨਾਮ ਲੇਵਾ ਉਹ ਸਭ ਮਿਲ ਕੇ ਅਲੱਗ ਅਲੱਗ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਕਰ ਰਹੇ ਨੇ। ਅਸੀਂ ਚਾਹੁੰਦੇ ਸੀਗੇ ਕਿ ਪਾਰਲੀਮੈਂਟ ਵਿੱਚ ਵੀ ਕੀਤਾ ਜਾਏ, ਪਰ ਉਹ ਮੌਕਾ ਨਹੀਂ ਬਣ ਪਾਇਆ ਕਿਉਂਕਿ ਇੱਥੋਂ ਦੀ ਜਿਹੜੇ ਸਪੀਕਰਸ ਅਸੀਂ ਬੁਲਾਉਣਾ ਚਾਹੁੰਦੇ ਸੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੈਸੇਜ ਹੈ ਉਹ ਵਾਈਡਰ ਕਮਿਊਨਿਟੀ 'ਚ ਜਾਣਾ ਚਾਹੀਦਾ। ਸਾਡੇ ਭਾਈਚਾਰੇ ਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਮੈਸੇਜ ਦਾ ਪਤਾ ਹੈ, ਪਰ ਅਗਲੇ ਸਾਲ ਅਸੀਂ ਪਾਰਲੀਮੈਂਟ ਦੇ ਵਿੱਚ ਇੱਕ ਵੱਡੇ ਪੱਧਰ 'ਤੇ ਗੁਰੂ ਨਾਨਕ ਸਾਹਿਬ ਦਾ ਜੋ ਪ੍ਰਕਾਸ਼ ਉਤਸਵ ਹੈ ਉਸ ਨੂੰ ਮਨਾਵਾਂਗੇ। ਉਸਦੀ ਮੈਂ ਲੀਡ ਲੈ ਰਿਹਾ ਅਤੇ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਵਿੱਚ ਇਹ ਮਨਾਇਆ ਜਾਏਗਾ। ਛੋਟਾ ਜਿਹਾ ਸਵਾਲ, ਕਈ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਨੇ ਪੰਜਾਬੀ ਸਾਹਮਣਾ ਕਰਨੇ, ਭਾਵੇਂ ਨਸ਼ਿਆਂ ਦੀ ਹੋਵੇ ਜਾਂ ਬਹੁਤ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਨੇ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਚੀਜ਼ਾਂ ਦੇ ਨਾਲ ਟੈਕਲ ਕਰਨ ਦੇ ਲਈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ, ਉਹਦੇ ਬਾਰੇ ਕੀ? ਦੇਖੋ, ਜਿਹੜਾ ਸਾਡਾ ਧਾਰਮਿਕ ਮੈਸੇਜ ਹੈ ਖਾਸ ਤੌਰ 'ਤੇ, ਜਿਵੇਂ ਕਿ ਅੱਜ ਸਪੀਚ ਵਿੱਚ ਵੀ ਕਿਹਾ ਗਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਦਾਦ ਮਾਤ, ਅਸੀਂ ਇਨਵਾਇਰਮੈਂਟ ਦੇ ਉੱਤੇ ਅਗਰ ਕੰਮ ਕਰੀਏ, ਅਗਰ ਆਪਣੇ ਬੱਚਿਆਂ ਦੇ ਉੱਤੇ ਕੰਮ ਕਰੀਏ, ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜੀਏ, ਤਾਂ ਮੈਂ ਸਮਝਦਾ ਬਹੁਤ ਸਾਰੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਦਾ ਹੱਲ ਹੋ ਸਕਦਾ ਹੈ। ਔਰ ਇਹ ਚੀਜ਼ ਦੀ ਬਹੁਤ ਜ਼ਰੂਰਤ ਹੈ ਪੇਰੈਂਟਸ ਵੱਲੋਂ ਵੀ ਆਪਣੇ ਬੱਚਿਆਂ ਨੂੰ ਇਹ ਮੈਸੇਜ ਪਾਸ ਕਰਨ ਲਈ, ਅਤੇ ਮੈਂ ਉਮੀਦ ਕਰਦਾ ਵਾਂ ਕਿ ਇਹ ਮੈਸੇਜ ਜਿਹੜਾ ਅੱਗੇ ਫੋਰਵਰਡ ਲਿਆ ਜਾਏਗਾ ਔਰ ਬੱਚਿਆਂ ਨੂੰ ਇਹਦੇ ਵਿੱਚ ਸਹੀ ਰਾਹ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਦੇ। ਸੋ ਇਹ ਸਨ ਕਮਲਜੀਤ ਸਿੰਘ ਬਖਸ਼ੀ ਜੀ, ਨਿਊਜ਼ੀਲੈਂਡ ਤੋਂ ਮੈਂਬਰ ਪਾਰਲੀਮੈਂਟ ਨੇ 4 ਵਾਰ, ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਜੋ ਸਨਮਾਨ ਮਿਲਿਆ ਹੈ, ਕੋਸ਼ਿਸ਼ ਇਹੀ ਰਹੇਗੀ ਕਿ ਗੁਰੂ ਸਾਹਿਬ ਦੇ ਸੁਨੇਹੇ ਨੂੰ ਇਸੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਉਸਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਲਗਾਤਾਰ ਕੀਤਾ ਜਾਂਦਾ ਰਹੇ। ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਖੇਤਰਾਂ 'ਚ ਯੋਗਦਾਨ ਪਾਇਆ, ਉਹਨਾਂ ਦਾ 550 ਸਾਲ ਦਾ ਸ਼ਤਾਬਦੀ ਸਮਾਗਮਾਂ ਦੇ ਸੰਬੰਧ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਵਿੱਚ ਸਾਨੂੰ ਵੀ ਸਰਕਾਰ ਨੇ ਮਾਣ ਦਿੱਤਾ, ਮਾਣੇ ਜਿਹੇ ਸੇਵਕਾਂ ਨੂੰ, ਅਸੀਂ ਵੀ ਸੰਗਤ ਦੀ ਸੇਵਾ ਕਰਦੇ ਹਾਂ, ਆਪਣੇ ਇਲਾਕੇ ਦੀ ਕਰਦੇ ਹਾਂ ਅਤੇ ਲੋਕਾਂ ਦੀ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਬੜੀ ਫਰਾਗਦਿਲੀ ਆ ਪੰਜਾਬ ਸਰਕਾਰ ਦੀ ਕਿ ਉਹਨਾਂ ਨੇ ਸਾਰੇ ਖੇਤਰਾਂ ਵਿੱਚੋਂ, ਸਾਰੇ ਵਰਗਾਂ ਵਿੱਚੋਂ ਅਤੇ ਖਾਸ ਤੌਰ 'ਤੇ ਸਾਰੀਆਂ ਪਾਰਟੀਆਂ ਵਿੱਚੋਂ ਇਹ ਜਿਹੜੇ ਅੱਜ ਜਿਨ੍ਹਾਂ ਜਿਨ੍ਹਾਂ ਸ਼ਖਸੀਅਤਾਂ ਨੂੰ ਸਨਮਾਨ ਦਿੱਤਾ ਹੈ ਉਹ ਸਾਰੇ ਹੀ ਧੰਨਵਾਦੀ ਨੇ। ਅਤੇ ਬੜੀ ਇਹ ਵੱਡੀ ਉਹਨਾਂ ਨੇ ਜਿਹੜੀ ਫੈਸਲਾ ਲਿਆ
ਕੈਪਟਨ ਅਮਰਿੰਦਰ ਸਿੰਘ ਜੀ ਨੇ ਕਰਕੇ ਅਗਰ ਸਰਕਾਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੋਈ ਨਾ ਕੁਛ ਆਪਣੀ ਲਾਈਫਸ ਵਿੱਚ ਯੋਗਦਾਨ ਪਾਇਆ ਹੁੰਦਾ ਜਾਂ ਅਚੀਵ ਕੀਤਾ ਹੁੰਦਾ, ਅਗਰ ਸਰਕਾਰ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੀ ਆ ਤਾਂ ਉਹਨਾਂ ਨੂੰ ਹੋਰ ਸ਼ਕਤੀ ਮਿਲਦੀ, ਹੋਰ ਉਹਨਾਂ ਨੂੰ ਬਲ ਮਿਲਦਾ ਅਗਾਂਹ ਕੰਮ ਕਰਨ ਦਾ। ਤੁਹਾਨੂੰ ਕਿਸ ਖੇਤਰ ਲਈ ਸਨਮਾਨਿਤ ਕੀਤਾ ਗਿਆ? ਮੈਂ ਤਾਂ ਜੀ ਇੱਕ ਮੈਂ ਤਾਂ ਜਿਵੇਂ ਅੱਗੇ ਦੱਸਿਆ ਕਿ ਆਪਣੇ ਨਵਾਣਾ ਜਾਂ ਸਮਾਜ ਸੇਵਕ ਆ, ਅਤੇ ਸਮਾਜ ਸੇਵਾ ਦੇ ਸੰਬੰਧ ਵਿੱਚ ਮੈਂ ਸਮਝਦਾ ਵੀ ਸਾਡਾ ਵੀ ਨਾਂ ਆ ਗਿਆ। ਕੁਛ ਬਡਾਲਾ ਸਾਹਿਬ ਦਾ ਯੋਗਦਾਨ, ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਕੱਲ੍ਹ ਖੋਲ੍ਹਿਆ, ਆਪਾਂ ਸਾਰੇ ਇੱਥੇ ਗਏ ਸੀ, ਤੁਸੀਂ ਵੀ ਸਾਰੇ ਸੀਗੇ ਉੱਥੇ, ਉਹਦੇ ਸੰਬੰਧ ਵਿੱਚ ਵੀ ਹੋ ਸਕਦਾ ਆ। ਪਰ ਇਹ ਤਾਂ ਸੇਵਾ ਆ ਲੋਕਾਂ ਲਈ, ਸੰਗਤ ਲਈ, ਪੰਥ ਲਈ ਅਤੇ ਗਰੀਬਾਂ ਲਈ, ਲੋੜਵੰਦਾਂ ਲਈ ਸੇਵਾ। ਤੁਹਾਨੂੰ ਲੱਗਦਾ ਕਿ ਗੁਰੂ ਸਾਹਿਬ ਦੇ ਨਾਂ 'ਤੇ ਤੁਹਾਨੂੰ ਅਵਾਰਡ ਮਿਲਿਆ ਅਤੇ ਤੁਹਾਡੇ 'ਤੇ ਜ਼ਿੰਮੇਵਾਰੀ ਹੋਰ ਵਧੀ ਹੈ ਕਿ ਗੁਰੂ ਸਾਹਿਬ ਨੇ ਜੋ ਦੱਸਿਆ ਸਮਾਜ ਨੂੰ ਸੰਦੇਸ਼ ਦਿੱਤਾ ਉਸ ਨੂੰ ਅੱਗੇ ਵਧਾਓ? ਬਿਲਕੁਲ ਜੀ, ਇਹਦਾ ਜਿੱਥੇ ਆਪਣੀ ਹੌਸਲਾ ਅਫਜ਼ਾਈ ਹੁੰਦੀ ਹੈ ਉੱਥੇ ਨਾਲ ਨਾਲ ਇਹ ਵੀ ਹੁੰਦਾ ਕਿ ਜੇ ਸਾਨੂੰ ਇੰਨਾ ਉਹਨਾਂ ਨੇ ਸਨਮਾਨ ਦਿੱਤਾ ਤਾਂ ਹੋਰ ਵੀ ਅਸੀਂ ਅੱਗੇ ਜਾ ਕੇ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਹੋਰ ਵੀ ਤਕੜੇ ਹੋਏ ਕੰਮ ਕਰੀਏ। ਇਹ ਤਾਂ ਹੈਗਾ ਹੀ, ਇਨਕਰੇਜਮੈਂਟ ਸਭ ਨੂੰ ਮਿਲਣੀ ਹੈ। ਸੋ ਸਾਰੇ ਖੇਤਰਾਂ ਦੇ, ਚਾਹੇ ਉਹ ਪੋਲੀਟਿਕਸ ਹੋਵੇ, ਸਪੋਰਟਸ ਹੋਵੇ, ਆਰਟ ਹੋਵੇ ਜਾਂ ਬਿਜ਼ਨਸ ਹੋਵੇ ਜਾਂ ਮੈਡੀਸਨ ਹੋਵੇ, ਹਰ ਖੇਤਰ ਵਿੱਚੋਂ ਇਹਨਾਂ ਨੇ 550 ਸਾਲਾਂ ਦੇ ਮੌਕੇ 'ਤੇ ਸਨਮਾਨ ਦਿੱਤਾ ਅਤੇ ਬਹੁਤ ਚੰਗੀ ਗੱਲ ਆ। ਐਵੇਂ ਜਿਵੇਂ ਸਰਕਾਰ ਕੋਈ ਹੋਵੇ ਕਰਨਾ ਚਾਹੀਦਾ, ਸਰਕਾਰ ਕਾਂਗਰਸ ਦੀ, ਅਸੀਂ ਅਕਾਲੀ ਹਾਂ ਅਤੇ ਅਸੀਂ ਐਨ ਆਪਣੇ ਕੁੱਦ ਕੇ ਆਏ ਹਾਂ, ਕੋਈ ਗੱਲ ਨਹੀਂ, ਸਾਨੂੰ ਬੜਾ ਇਸ ਗੱਲ ਦਾ ਮਾਣ ਆ। ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਕੇ ਆਇਆ ਵੀ ਤੁਸੀਂ ਬੜਾ ਸਾਨੂੰ ਸਤਿਕਾਰ ਬਖਸ਼ਿਆ। ਸੋ ਬਹੁਤ ਚੰਗਾ ਉਦੋਂ ਮੈਂ ਆ ਸਰਕਾਰ ਦਾ, ਮੈਂ ਆਪਣੇ ਨੂੰ ਕਹਿ ਸਕਦਾ ਬੜਾ ਵਧੀਆ ਹੋਇਆ ਹੈ, ਬਹੁਤ ਇਹੋ ਜਿਹਾ ਕਦੇ ਦੇਖਿਆ ਨਹੀਂ ਕਿਸੇ ਨੇ, ਕੀ ਆਨੰਦ ਆਇਆ, ਸਭ ਲੋਕ ਇਕੱਠੇ ਹੋਏ ਨੇ ਅਤੇ ਜਾ ਰਹੇ ਤੇ ਯੂੰ ਹੀ ਦਿਲ ਬੇਕਰਾਰ ਤਾ, ਜਾ ਰਹੇ ਤੇ ਯੂੰ ਹੀ ਦਿਲ ਬੇਕਰਾਰ ਤਾ, ਆਜ ਤੋਂ ਉਹੀ ਲੋਕ ਮਿਲ ਗਏ ਜਿਨਕਾ ਇੰਤਜ਼ਾਰ। ਅਤੇ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼, ਉਹਨਾਂ ਦੀ ਗੱਲ ਹੀ ਕੋਈ ਦੇਖੋ ਨਾ, ਐਸੀ ਆ ਬਾਤ ਵੀ ਇਹਨੂੰ ਕਹਿੰਦੇ ਨੇ ਵੀ ਅੱਜ ਉਹਨਾਂ ਦੀ, ਮੈਂ ਪਹਿਲੇ ਵੀ ਸ਼ੇਰ ਇਹੋ ਜਿਹੇ ਲਿਖ ਛੱਡੇ ਨੇ ਕਿ ਜਿਹੜੇ ਕਿ ਕੈਪਟਨ ਸਾਹਿਬ ਦੇ ਨਾਲ ਉੱਥੇ ਕਰਤਾਰਪੁਰ ਵੀ ਬੋਲੇ ਗਏ ਨੇ ਕਿ ਉਹ ਤਾਂ ਅੱਜ ਬੜੀਆਂ ਅੱਛੀਆਂ ਬਾਤਾਂ ਬਣੀਆਂ ਨੇ ਕਿ ਜਿਹੜਾ ਮਹਾਰਾਜ ਨੇ ਇੱਧਰ ਆ ਕੇ ਦੀਦਾਰ ਸਾਰਿਆਂ ਦੇ, ਮਹਾਰਾਜ ਦੇ ਪ੍ਰਕਾਸ਼ ਹਰ ਪਾਸੇ ਗਏ ਨੇ ਅਤੇ ਸਭ ਨੇ ਮੰਨਿਆ ਵੀ ਬਾਬਾ ਨਾਨਕ ਦੇ ਸਾਦੇ ਪੀਰ ਸਨ। ਮੁਸਲਮਾਨਾਂ ਨਾਲ ਵੀ ਤੇ ਕੀ ਕਿਹਾ ਉਹਨਾਂ ਨੇ, ਬਾਬਾ ਕਹਿੰਦਾ ਉਹਨਾਂ ਨੂੰ ਹਾਜੀਆਂ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੂ ਦੋਨੋਂ ਰੋਈ, ਪੁੱਛਣ ਗੱਲ ਇਮਾਨ ਦੀ, ਮੁਸਲਮਾਨਾਂ ਨੇ ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਏ ਅਤੇ ਬਾਬਾ ਨਾਨਕ ਜੀ ਕਹਿਣ ਲੱਗੇ ਨੇ ਕਰਨ ਬਖੀਲੀ ਆਪ ਵਿੱਚ ਅਤੇ ਰਾਮ ਰਹੀਮ ਇੱਕ ਥਾਏ ਖਲੋਈ, ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੂ ਦੋਨੋਂ ਰੋਈ। ਫਿਰ ਕਹਿੰਦੇ ਨੇ ਵੱਡਾ ਸਾਂਗ ਵਰਤਾਇਆ, ਮਹਾਰਾਜ ਜੀ ਕਹਿੰਦੇ ਨੇ ਵੱਡਾ ਸਾਂਗ ਵਰਤਾਇਆ, ਲਖ ਨਾ ਸਕੇ ਕੁਦਰਤ ਕੋਈ। ਫਿਰ ਮੁਸਲਮਾਨਾਂ ਪੁੱਛਿਆ ਪੁੱਛਣ ਫੁੱਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਅਤੇ ਮਹਾਰਾਜ ਜੀ ਕਹਿੰਦੇ ਨੇ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਬਾਬਾ ਆਖੇ ਹਾਜੀ ਆ ਸ਼ਿਵ ਅਮਲਾ ਬਾਜੀ ਦੋਨੋਂ। ਹਾਂਜੀ, ਬੜਾ ਅੱਛਾ ਕੀਤਾ, ਜਿਹੜਾ ਤਾਰਾਂ ਜਿਹੜੀਆਂ ਨੇ ਤੈਨੂੰ ਕਹਿੰਦੇ ਨੇ ਵੀ ਉਹ ਨਿਕਲ ਗਈਆਂ ਅਤੇ ਮਹਾਰਾਜ ਦੇ ਦਰਸ਼ਨ ਇੱਧਰ ਵੀ ਦੇਖੋ, ਜਿੱਧਰ ਵੀ ਵੇਖਾਂ ਮੈਂ ਦੇਖਿਆ ਹੈ ਕਿ ਅਸੀਂ ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਮੈਨੂੰ ਮੂੰਹ ਦਿਸਦਾ, ਹੁਣ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਹੀ ਦਿਸਦਾ। ਲੈਂਦੇ ਪੰਜਾਬ ਦੇ, ਚੜ੍ਹਦੇ ਪੰਜਾਬ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਤੁਸੀਂ ਅਕਸਰ ਜਾ ਕੇ ਉਹਦੇ ਸ਼ਾਂਤੀ ਦੀਆਂ ਗੱਲਾਂ ਕਰਦੇ ਹੋ। ਦੋਨਾਂ ਦੀ ਇੱਕੋ ਹੀ ਚੀਜ਼ ਹੈ, ਦੇਖੋ ਉਹਨਾਂ ਨੇ ਕਿਹਾ ਵੀ ਰੱਬ ਤਾਂ ਇੱਕੋ ਹੀ ਹੈ, ਉਹ ਹੈ ਪਰਮਾਤਮਾ ਅਕਾਲ ਪੁਰਖ, ਸਭ ਇੱਕੋ ਹੀ ਹੈ, ਕਾਬੇ ਕੇ ਦਰ ਚਾਰ ਹੈ, ਰਸਤਾ ਤੋਂ ਇੱਕ ਹੈ, ਪਰਦਾ ਉਠਾ ਕੇ ਦੇਖ ਲੈ ਮੌਲਾ ਤੋਂ ਇੱਕ। ਪ੍ਰਕਾਸ਼ ਉਤਸਵ ਜਿਹੜਾ ਪ੍ਰਕਾਸ਼ ਪੁਰਬ ਆ, ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹ ਜੀ ਦਾ, ਉਹਦੇ 'ਤੇ ਸਾਨੂੰ ਅਵਾਰਡ ਦਿੱਤਾ ਸਾਰੇ ਕਲਾਕਾਰਾਂ ਨੂੰ, ਔਰ ਜਿਹੜੇ ਵੀ ਕਿੱਤੇ ਵਿੱਚ ਜਿਹਨੇ ਮਹਾਰਤ ਹਾਸਲ ਕੀਤੀ ਉਹਦਾ ਸਨਮਾਨ ਕੀਤਾ ਗਿਆ। ਇਹ ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ। ਅਤੇ ਬਾਬੇ ਨਾਨਕ ਨੂੰ ਤੁਸੀਂ ਕਿਵੇਂ? ਬਾਬਾ ਨਾਨਕ ਤਾਂ ਬਹੁਤ ਦੁਨੀਆ ਦੀ ਵੱਡੀ ਤਾਕਤ ਹੈ ਜੀ, ਉਹ ਤਾਂ ਪੀਰਾਂ ਦੇ ਪੀਰ, ਫਕੀਰਾਂ ਦੇ ਫਕੀਰ, ਉਹ ਤਾਂ ਪਹਿਲੀ ਪਾਤਸ਼ਾਹ ਹੀ, ਉਹ ਤਾਂ ਮਾਲਕ ਨੇ ਦੁਨੀਆ ਦੇ, ਉਹ ਤਾਂ ਰਹਿਬਰ ਨੇ ਵਰਲਡ ਦੇ ਵਿੱਚ, ਸਾਰੀ ਜਿੰਨੀ ਵੀ ਦੁਨੀਆ ਦੁਨਾਈ ਹੈਗੀ ਉਹਦੇ ਮਾਲਕ ਨੇ ਉਹ ਤਾਂ। ਇਹ ਬਹੁਤ ਵੱਡਾ ਸਨਮਾਨ ਹੈ ਜੀ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਾਧ ਸੰਗਤ ਨੂੰ 550 ਸਾਲਾਂ ਗੁਰੂ ਨਾਨਕ ਦੇਵ ਦੀ ਮਹਾਨ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਅਵਾਰਡ ਬਹੁਤ ਮਿਲਿਆ, ਪਰ ਇਹ ਅਵਾਰਡ ਦਾ ਮਹੱਤਵ ਅੱਡ ਹੀ ਹੈ, ਅਤੇ ਚਰਨਜੀਤ ਚੰਨੀ ਸਾਹਿਬ ਦਾ ਅਤੇ CM ਸਾਹਿਬ ਦਾ ਧੰਨਵਾਦ ਹੈ ਹੀ ਹੈ ਕਿ ਜਿਨ੍ਹਾਂ ਨੇ ਸਾਨੂੰ ਕਲਾਕਾਰਾਂ ਨੂੰ ਵੀ ਇਸ ਲਿਸਟ 'ਚ ਪਾ ਕੇ ਸਾਡਾ ਮਾਣ ਵਧਾਇਆ, ਅਤੇ ਅੱਜ ਬਹੁਤ ਮਨ ਖੁਸ਼ ਹੋ ਰਿਹਾ। ਇਸ
ਜਿਹਨੇ ਤਾਂ ਦੁਨੀਆ ਰਹਿਣੀ ਹੈ ਅਵਾਰਡ ਉਹਨੇ ਤੱਕ ਸਾਨੂੰ ਯਾਦ ਰਹੇਗਾ। ਅਤੇ ਅਸੀਂ ਇਹ ਕੱਦ ਸਾਡਾ ਹੋਰ ਉੱਚਾ, ਕੱਦ ਤਾਂ ਵੈਸੇ ਬਹੁਤ ਉੱਚਾ, ਹੁਣ ਹੋਰ ਉੱਚਾ ਹੋ ਗਿਆ ਕਿ ਹੋਰ ਆਪਾਂ ਨੂੰ ਸਮਾਜ ਨੂੰ ਚੰਗੀਆਂ ਚੀਜ਼ਾਂ, ਸੱਭਿਆਚਾਰ ਨੂੰ ਚੰਗਾ ਕੁਛ ਦੇਣ ਨੂੰ ਜੀ ਕਰੇਗਾ। ਬਾਕੀ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਦੇ ਸੋਹਣੇ, ਪੱਗਾਂ ਪੁੱਛਵੀਆਂ, ਕਹਿੰਦੇ ਦਿਲਾਂ ਵੱਡੇ ਦਿਲ ਨੇ ਵਟਾਉਣਾ। ਨਹੀਂ ਰਾਜ ਦੱਸ ਤਾ ਫਿਰ, ਰਾਜ ਇਹੀ ਹੈ ਬੇਟਾ ਆਪਣਾ, ਨਸ਼ੇ ਤੋਂ ਰਹਿਤ ਰਹੋ, ਠੀਕ ਹੈ, ਖੁਸ਼ ਰਹੋ। ਜੇ ਰੁਪਈਆ ਹੈਗਾ ਤਾਂ 75 ਰੁਪਏ ਖਰਚ ਲਓ, 25 ਰੁਪਏ ਰੱਖ ਲਓ, ਪਾਣੀ ਕਦੋਂ ਕੰਮ ਆ ਜਾਣੇ ਆ, ਇਹੀ ਬਸ ਰਾਜ ਆ। ਐਕਸਰਸਾਈਜ਼ ਕਰੋ, ਪਰਿਵਾਰ ਨੂੰ ਖੁਸ਼ ਰੱਖੋ, ਜਵਾਨੀਆਂ ਮਾਣੋ। ਲਾਂਘੇ ਬਾਰੇ ਦੱਸੋ, ਅਵਾਰਡ ਮਿਲਿਆ ਬਾਬੇ ਨਾਨਕ ਨਾਲ, ਹਾਂਜੀ, 550ਵਾਂ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਆ ਤੇ ਉਧਰ ਲਾਂਘਾ ਵੀ ਖੁੱਲ ਰਿਹਾ ਹੈ। ਮੈਂ ਕਹਿੰਦਾ ਇੰਨੀ ਮਹਾਰਾਜ ਦੀ ਖੁਸ਼ੀ ਦੀ ਗੱਲ ਹੈ, ਅਸੀਂ ਮੋਦੀ ਸਾਹਿਬ ਦੇ ਸੈਂਟਰ ਗੌਰਮੈਂਟ ਦੇ ਬਹੁਤ ਧੰਨਵਾਦੀ ਹਾਂ, ਪੰਜਾਬ ਸਰਕਾਰ ਦੇ ਧੰਨਵਾਦੀ ਹਾਂ, ਉਧਰੋਂ ਪਾਕਿਸਤਾਨ ਤੋਂ ਇਮਰਾਨ ਖਾਨ ਸਾਹਿਬ ਬਹੁਤ ਧੰਨਵਾਦੀ ਹਾਂ ਕਿ ਦੁਨੀਆ 'ਚ ਜਿੱਥੇ ਵੀ ਆਪਣੀ 2% ਕੌਮ ਬਖਸ਼ਦੀ ਹੈ ਉਹਨਾਂ ਵਾਸਤੇ ਇਹ ਕੱਲ੍ਹ ਦਾ ਦਿਨ ਐਡਾ ਸੁਭਾਗ ਸੀਗਾ, ਸਲਾਹਯੋਗ ਸੀ, ਅੱਜ ਤਾਂ ਹੋਰ ਜ਼ਿਆਦਾ ਵਧੀਆ ਹੋ ਗਿਆ। ਬਾਕੀ ਇਹਦੇ ਹੁਣ ਸਾਰਾ ਸਾਲ 'ਚ ਗੁਰੂ ਨਾਨਕ ਨਹੀਂ, ਮੈਂ ਤਾਂ 2006 'ਚ ਵੀ ਲਾ ਕੇ ਆਇਆ ਸੀ ਖੜਾ ਉੱਥੇ, ਅਤੇ ਇਹ ਮਹਾਰਾਜ ਕਿਰਪਾ ਕਰੇਗਾ, ਇਹ ਆਰਟਿਸਟ ਸਭ ਕੁਝ ਕਰ ਸਕਿਆ, ਜਿਵੇਂ ਨਵਜੋਤ ਸਿੱਧੂ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀਗਾ, ਉਹਦਾ ਜੱਫੀ ਦਾ ਮੁੱਲ ਪੈ ਗਿਆ। ਹਾਂਜੀ, ਇਹ ਸਨਮਾਨ ਸਮਾਰੋਹ 'ਚ ਆ ਕੇ ਬਹੁਤ ਹੀ ਆਪਣੇ ਆਪ ਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਜ਼ਿੰਦਗੀ ਜ਼ਾਇਆ ਨਹੀਂ ਕੀਤੀ। ਇਹ ਸਨਮਾਨ ਤਾਂ ਹੀ ਮਿਲਿਆ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਚੁਣੇ ਹੋਏ ਹਾਂ, ਚੁਣੇ ਹੋਏ ਲੋਕਾਂ ਨੇ ਜਿਨ੍ਹਾਂ ਨੇ ਦੀਆਂ ਕੁਛ ਉਪਲਬਧੀਆਂ ਨੇ, ਅਤੇ ਮੈਨੂੰ ਵੀ ਇਹ ਮਹਿਸੂਸ ਹੋਇਆ ਵੀ ਕੁਛ ਕੀਤਾ, ਜ਼ਿੰਦਗੀ ਜ਼ਾਇਆ ਨਹੀਂ ਕੀਤੀ, ਕੁਛ ਹਾਸਲ ਹੋਇਆ, ਕੁਝ ਇਹਨਾਂ ਨੂੰ ਦੱਸਿਆ, ਮੇਰਾ ਕੰਮ ਪਸੰਦ ਆਇਆ, ਅਤੇ ਮੈਨੂੰ ਅਜੇ ਬਹੁਤ ਫਖਰ ਮਹਿਸੂਸ ਹੋ ਰਿਹਾ। ਹਾਂ ਬਿਲਕੁਲ, ਹਾਂ ਇਹ ਇਸ ਤੋਂ ਵੱਡੀ ਤਾਂ ਖੁਸ਼ੀ ਕੋਈ ਨਹੀਂ ਕਿ ਜਿਸ ਜਿਹੜੀਆਂ ਅਰਦਾਸਾਂ ਕਦੋਂ ਦੀਆਂ 70-72 ਸਾਲਾਂ ਤੋਂ ਕਰੇ ਜਾ ਰਹੇ ਨੇ, ਜਿੰਨੇ ਵੀ ਸਾਲ ਹੋ ਗਏ ਨੇ, ਉਹ ਅਰਦਾਸ ਪੂਰੀ ਹੋਈ ਹੈ, ਇਹ ਹੁਣ ਸਾਡੇ ਤੋਂ ਦੂਰ ਨਹੀਂ ਹੈ, ਹੁਣ ਸਾਨੂੰ ਇੰਝ ਹੀ ਲੱਗਦਾ ਵੈ ਕਿ ਉਹ ਸਾਡੇ ਬਿਲਕੁਲ ਨਜ਼ਦੀਕ, ਕਿਉਂਕਿ ਮੈਂ ਤਾਂ ਅੰਮ੍ਰਿਤਸਰ ਰਹਿੰਦੀ ਹਾਂ, ਅਤੇ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੇ ਨਜ਼ਦੀਕ ਹੀ ਹੈ, ਮੈਂ ਜਦੋਂ ਮਰਜ਼ੀ ਜਾ ਕੇ ਉੱਥੇ ਮੱਥਾ ਟੇਕ ਸਕਦੀ ਹਾਂ। ਇਸ ਤੋਂ ਵੱਡੀ, ਇਸ ਤੋਂ ਖੁਸ਼ੀ ਔਰ ਇਸ ਪੁਰਬ 'ਤੇ ਸਾਨੂੰ ਇਹ ਸਨਮਾਨ ਮਿਲਿਆ, ਮੇਰੇ ਲਈ ਬਹੁਤ ਫਖਰ ਦੀ ਗੱਲ ਹੈ, ਬਹੁਤ ਮਹਿਸੂਸ। ਮੈਂ ਇੱਕ ਗਾਣਾ ਕੀਤਾ ਉਹਨਾਂ ਦਾ ਦਲਜੀਤ ਦੁਸਾਂਝ ਨਾਲ, ਆਰ ਨਾਨਕ ਪਾਰ ਨਾਨਕ, ਅਤੇ ਜਦੋਂ ਉਹ ਹੀ ਕੀਤਾ ਮੈਨੂੰ ਉਦੋਂ ਦੀ ਇਹ ਖੁਸ਼ੀ ਬੜੀ ਮਹਿਸੂਸ ਹੋ ਰਹੀ ਹੈ ਕਿ ਇਹ ਲਾਂਘਾ ਹੁਣ ਖੁੱਲ੍ਹੇਗਾ ਹੀ ਖੁੱਲ੍ਹੇਗਾ, ਉੱਧਰ ਵੀ ਬਾਬਾ ਨਾਨਕ, ਇੱਧਰ ਵੀ, ਔਰ ਜਿਹੜੀ ਸਾਡੇ 'ਤੇ ਕਿਰਪਾ ਹੋਈ ਹੋਈ ਉਹ ਵੀ ਬਾਬੇ ਨਾਨਕ ਦੀ ਕਿਰਪਾ ਹੈ ਕਿ ਮੈਂ ਇਸ ਕਾਬਲ ਹੋਈ ਹੋਈ ਹਾਂ। ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੈਂ ਜਿੰਨਾ ਰੰਗਮੰਚ ਦੇ ਵਿੱਚ ਕੰਮ ਕੀਤਾ, ਹੁਣ ਵੀ ਮੈਂ ਡੇਰਾ ਬਾਬਾ ਨਾਨਕ ਦੇ 100 ਪਿੰਡਾਂ 'ਚ ਨਾਟਕ ਕੀਤਾ ਹੈ, ਅੱਜ ਵੀ ਉੱਥੇ ਸ਼ੋਅ ਕਰਕੇ ਆਇਆ ਸਵੇਰੇ, ਔਰ ਅਸੀਂ ਉਹ ਬਾਰਡਰ 'ਤੇ ਜਾ ਕੇ ਵੀ ਉੱਥੋਂ ਤੱਕ ਪੇਸ਼ਕਾਰੀ ਲੈ ਕੇ ਗਏ, ਔਰ ਮੈਂ ਬਾਬਾ ਨਾਨਕ ਦੇ 13 ਨਾਟਕਾਂ ਦੀ ਹੁਣੇ ਕਿਤਾਬ ਰਿਲੀਜ਼ ਕੀਤੀ ਹੈ, ਛਾਪੀ ਹੈ, ਔਰ ਅੱਜ ਜਿਹੜੀ ਸੀਟ 'ਤੇ ਮੈਂ ਬੈਠਾ ਸੀ ਉਹਦਾ ਵੀ ਨੰਬਰ 13 ਸੀ। ਸੋ ਬਾਬੇ ਨਾਨਕ ਦੀ 13-13 ਦੀ ਮਿਹਰ ਹੈ, ਔਰ ਮੈਨੂੰ ਲੱਗਦਾ ਕਿ ਜੋ ਲਾਂਘਾ ਖੁੱਲ੍ਹਿਆ ਇਹ ਅਮਨ ਦਾ ਇੱਕ ਪੁਲ ਬਣਿਆ, ਦੋਸਤੀ ਦਾ ਪੁਲ ਬਣਿਆ, ਔਰ ਇਹ ਅਮਨ ਅਤੇ ਦੋਸਤੀ ਦੀਆਂ ਬਾਤਾਂ ਜਿਹੜੀਆਂ ਦੋਨਾਂ ਮੁਲਕਾਂ ਦੇ ਵਿੱਚ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ, ਤਾਂ ਜੋ ਦੋਨਾਂ ਮੁਲਕਾਂ ਦੇ ਲੋਕ ਜਿਹੜੇ ਆਪਣੀਆਂ ਜੜ੍ਹਾਂ ਨੂੰ ਪਹਿਚਾਣ ਸਕਣ ਔਰ ਹਮੇਸ਼ਾ ਮੁਹੱਬਤਾਂ ਦੇ ਗੀਤ ਗਾਉਂਦੇ ਰਹਿਣ। ਮੈਂ ਅੱਜ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਵਿਸ਼ਵ ਵਿੱਚ ਜਿੱਥੇ ਕਿੱਥੇ ਵੀ ਵੱਸਦੇ ਨੇ, ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਦੀਆਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ। ਦੂਸਰਾ, ਮੈਂ ਐਪਰੀਸ਼ੀਏਟ ਕਰਦਾ ਪੰਜਾਬ ਸਰਕਾਰ ਦੇ ਸੁਦਮ ਨੂੰ, ਜਿਨ੍ਹਾਂ ਨੇ ਇੱਕ ਸਾਂਝੇ ਪਲੇਟਫਾਰਮ 'ਤੇ ਸਟੇਟ ਲੈਵਲ 'ਤੇ ਸਭ ਵਰਗਾਂ ਦੇ ਸਾਰੇ ਜਿਹੜੇ ਸਿਰ ਕੱਢ ਕਹਿ ਲਓ ਜਾਂ ਜਿਨ੍ਹਾਂ ਦੀ ਮਿਹਨਤ ਸਦਕਾ ਲੋਕਾਂ ਨੇ ਉਹਨਾਂ ਨੂੰ ਪਛਾਣਿਆ, ਲੋਕਾਂ ਨੇ ਪਿਆਰ ਦਿੱਤਾ, ਚਾਹੇ ਉਹ ਬਿਜ਼ਨਸਮੈਨ ਨੇ, ਚਾਹੇ ਉਹ ਗੁਰੂ ਨਾਨਕ ਨਾਮ ਲੇਵਾ ਦੇ ਵਿੱਚ ਨੇ, ਚਾਹੇ ਉਹ ਐਗਰੀਕਲਚਰ ਦੇ ਵਿੱਚ ਨੇ, ਕਲਚਰ ਦੇ ਵਿੱਚ ਨੇ, ਫਿਲਮਾਂ ਦੇ ਵਿੱਚ ਨੇ, ਕਿਸੇ ਵੀ ਫੀਲਡ ਵਿੱਚ ਨੇ, ਜਿਨ੍ਹਾਂ ਨੂੰ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਦੀ ਮਿਹਨਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਰੈਕੋਗਨੀਸ਼ਨ ਦਿੱਤੀ ਆ, ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਔਰ ਖਾਸ ਕਰ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀਆਂ ਫਿਲਮਾਂ ਨੂੰ ਪਸੰਦ ਕੀਤਾ ਅਤੇ ਅੱਜ ਅਸੀਂ ਇਸ ਅਵਾਰਡ ਨੂੰ ਲੈਣ ਦੇ ਹੱਕਦਾਰ ਹੋਏ ਹਾਂ ਤੁਹਾਡੇ ਸਭ ਦੇ ਬਦੌਲਤ। ਹਾਂਜੀ, ਦੇਖੋ ਜੀ, ਬਹੁਤ ਅੱਛਾ ਹੋਇਆ ਜੋ ਵੀ ਹੋਇਆ, ਅਤੇ ਸਾਡੀ ਬਹੁਤ ਦੇਰ ਦੀ ਅਰਦਾਸ ਸੀ ਸਿੱਖਾਂ ਦੀ, ਜਿਹੜੇ ਨਹੀਂ ਜਾ ਸਕਦੇ ਸੀ ਪਾਕਿਸਤਾਨ, ਜਿਨ੍ਹਾਂ ਨੂੰ ਹੁਣ ਇੱਕ ਈਜ਼ੀ ਵੇ ਮਿਲਿਆ ਸਾਡੇ ਗੁਰੂ ਨਾਨਕ ਦੇਵ ਜੀ ਦੇ, ਉਹ ਜਿਹੜੀ ਅੰਤਿਮ ਯਾਤਰਾ ਉਹਨਾਂ ਦੀ ਜਿਹੜੀ ਸੀ ਉੱਥੇ ਹੋਈ ਆ ਕਰਤਾਰਪੁਰ ਵਿਖੇ, ਸੋ ਉਸ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲੂਗਾ। ਸੋ ਮੈਂ ਧੰਨਵਾਦੀ ਹਾਂ ਦੋਨਾਂ ਸਰਕਾਰਾਂ ਦਾ ਕਿ
ਚਾਹੇ ਹਾਲਾਤ ਜਿਸ ਤਰ੍ਹਾਂ ਦੇ ਵੀ ਮਰਜ਼ੀ ਰਹੇ ਨੇ, ਪਰ ਇਸ ਨੇਕ ਕਦਮ ਦੇ ਵਿੱਚ ਉਹਨਾਂ ਨੇ ਪਹਿਲਕਦਮੀ ਦੋਨਾਂ ਨੇ ਦਿਖਾਈ ਆ, ਸੋ ਆਈ ਐਮ ਥੈਂਕਫੁਲ ਟੂ ਦੈਮ। ਮੈਂ ਬਾਛੀ ਗੱਲ ਆ, ਬਹੁਤ ਅੱਛਾ ਆਯੋਜਨ ਕੀਤਾ ਇਹਨਾਂ ਨੇ, ਬਹੁਤ ਵਧੀਆ। ਨਵਾਂ ਪ੍ਰਕਾਸ਼ਪੁਰ ਮਨਾ ਰਹੇ ਹਾਂ ਅਤੇ ਉੱਧਰ ਲਾਂਘਾ ਵੀ ਖੁੱਲ ਰਿਹਾ ਜੀ, ਅਤੇ ਤੁਹਾਨੂੰ ਸਨਮਾਨ ਵੀ ਮਿਲਿਆ ਹੈ, ਕਰਤਾਰਪੁਰ ਦਾ ਲਾਂਘਾ ਵੀ ਖੁੱਲਿਆ ਜੀ, ਅਤੇ 550ਵਾਂ ਪ੍ਰਕਾਸ਼ਪੁਰ, ਉਹਦੇ ਬਾਰੇ ਕੀ? ਮੈਂ ਤਾਂ ਵੇਖੋ ਕਰਤਾਰਪੁਰ ਦੇ ਲਾਂਘੇ ਬਾਰੇ ਵੀ ਅਤੇ ਬਾਬਾ ਨਾਨਕ ਬਾਰੇ ਵੀ ਬਹੁਤ ਸਾਰੇ ਗਾਣੇ ਲਿਖੇ ਨੇ ਅਤੇ ਬਹੁਤ ਸਾਰੇ ਗਾਣੇ ਰਿਲੀਜ਼ ਹੋਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਰਿਹਾ, ਉਹ ਵੀ ਮੈਂ ਗਾਣਾ ਲਿਖਿਆ, ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ ਜੀ, ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਉਹਨਾਂ ਦਾ ਵੀ ਮੈਂ ਲਿਖਿਆ, ਹੋਰ ਵੀ 4-5 ਕਮੇਟੀ ਜਿੰਨੀਆਂ ਜਿਹਦੇ ਵਿੱਚ ਹੈਗੀਆਂ ਕੰਪਨੀਆਂ, ਤਾਂ ਜਿੰਨੇ ਬਹੁਤੇ ਜ਼ਿਆਦਾ ਹੋ ਗਏ ਗਾਣੇ ਮੈਂ ਤਾਂ ਲਿਖਦਾ, ਆਪ ਤਾਂ ਫਸਲ ਨਵਾ ਦਿੱਤਾ। ਲਾਂਘਾ ਖੁੱਲ੍ਹਣਾ ਤਾਂ ਬਹੁਤ ਵੱਡੀ ਗੱਲ ਹੈ, ਲਾਂਘਾ ਖੁੱਲ੍ਹਣਾ ਬਹੁਤ ਵੱਡੀ ਗੱਲ ਹੈ, ਇਹ ਵੀ ਇਤਿਹਾਸਿਕ ਗੱਲ ਹੈ ਔਰ ਮਨ ਨੂੰ ਜੋੜਨ ਵਾਲੀ ਗੱਲ ਹੈ, ਤਾਂ ਇੱਕ ਬੜੇ ਦਿਲ ਦੀ ਗੱਲ ਕੀਤੀ ਹੈ, ਤਾਂ ਬੜੀ ਅੱਛੀ ਗੱਲ ਹੈ। ਨਹੀਂ ਜਿਹੜਾ ਲਾਂਘੇ ਦੀ ਗੱਲ ਹੈਗੀ ਹੈ ਨਾ, ਇਹ ਤਾਂ ਇਨਸਾਨੀਅਤ ਦਾ ਇੱਕ ਵਾਸਤੇ ਔਰ ਪੰਜਾਬੀਅਤ ਜਿਹੜੀ ਹੈ ਨਾ, ਉਹ ਸਾਡੀ ਇੱਕ ਬੋਲੀ ਹੈ, ਇੱਕ ਸਾਡਾ ਮਨ ਹੈ, ਇੱਕ ਸਾਡਾ ਦਿਲ ਹੈਗਾ, ਐਵੇਂ ਖਾਮ ਖਾਈ ਦੀਵਾਰ ਰਾਜ ਕਰਨ ਵਾਲਿਆਂ ਨੇ ਖਿੱਚੀ ਹੋਈ ਲੋਕਾਂ ਦੇ ਮਨਾਂ 'ਚ, ਤਾਂ ਇਹ ਨਹੀਂ ਗੱਲ, ਲੋਕ ਤਾਂ ਚਾਹੁੰਦੇ ਕਿ ਅਸੀਂ ਇੱਕ ਹੋਈਏ, ਤੁਸੀਂ ਦੇਖ ਚੁੱਕੇ ਹੋ ਟੀ ਵੀ ਦੇ ਉੱਤੇ, ਕੋਈ ਇੱਕ ਪੰਜਾਬੀ ਹੋਏਗਾ ਜਿਹਦੇ ਦਿਮਾਗ 'ਚ ਇਹੋ ਜਿਹੀ ਗੱਲ ਹੋਵੇ ਵੀ ਕੋਈ ਖਤਰਾ ਕਿਸੇ ਤੋਂ, ਇਹ ਤਾਂ ਐਵੇਂ ਬਣਾ ਛੱਡਿਆ ਵੀ ਇਹ ਹੋ ਗਿਆ। ਮੇਰਾ ਖਿਆਲ ਕੋਈ ਮਾਜ ਦਾ ਲਾਲਾ ਹੋਇਆ ਛੱਡਿਆ ਨਹੀਂ ਇਹਨਾਂ ਨੇ, ਲਿਟਰੇਚਰ 'ਚੋਂ ਸੁਰਜੀਤ ਪਾਤਰ ਹੋਵੇ, ਭਾਵੇਂ ਸਰਦਾਰ ਪੰਛੀ ਉਰਦੂ ਸ਼ਾਇਰ ਹੋਵੇ, ਜਿਹਦਾ ਆਦਰ ਮਾਣ ਨਾ ਕੀਤਾ ਹੋਵੇ। ਉਹ ਪੁਰਾਣੀਆਂ ਬੁੱਢੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਜੇ ਕਿਤੇ ਪੇਕੇ ਰੁਮਾਲ ਵੀ ਦੇ ਦੇਣਾ ਅਤੇ ਸਾਂਭ ਸਾਂਭ ਕੇ ਟਰੰਕਾਂ 'ਚ ਰੱਖਦੀਆਂ ਜਨਾਨੀਆਂ, ਅਤੇ ਯਾਰ ਸਰਕਾਰ ਨੇ ਜਿਸ ਹਿਸਾਬ ਨਾਲ ਅੱਜ ਸਾਡਾ ਆਦਰ ਮਾਣ ਕੀਤਾ ਆ, ਉਹ ਆਪਣੇ ਆਪ ਦੇ ਵਿੱਚ ਇੱਕ ਚਾਲ ਹੀ ਗੱਲ ਹੈ। ਸਾਡੇ ਬਾਪੂ ਦਾ ਜਨਮ ਦਿਨ ਹੋਵੇ 550ਵਾਂ, ਅਤੇ ਉਸ ਮੌਕੇ 'ਤੇ ਸਾਨੂੰ ਆਦਰ ਮਾਣ ਮਿਲੇ, ਜ਼ਿੰਮੇਵਾਰੀ ਤਾਂ ਵੱਧਦੀ ਹੈ ਨਾ, ਅਤੇ ਹੁਣ ਬਾਬੂ ਸਮਾਨ ਨੂੰ ਮੈਂ ਤਾਂ ਕਹਿ ਹੀ ਦੇਣਾ ਨਾ, ਭਾਅ ਮੇਰਿਆ ਕਿਸੇ ਵੇਲੇ ਘੋੜੀ ਲਿਖੀ ਸੀ ਗੁਰੂ ਨਾਨਕ ਪਾਤਸ਼ਾਹ ਦੀ, ਹੁਣ ਵੀਰ ਸਿਹਰਾ ਵੀ ਲਿਖਦੇ ਸੀ ਬਟਾਲੇ ਵਾਲੇ, ਅਤੇ ਤੂੰ ਸਿਹਰੇ ਰਿਆਜ਼ ਕਰਦੇ ਸੋ ਬਾਬੇ ਦੇ ਵਿਆਹ ਤੱਕ ਅਸੀਂ ਬਾਬੂ ਸਮਾਨ ਤੋਂ ਅਸੀਂ ਸਿਹਰਾ ਵੀ ਲਿਖਾ ਲੈਣਾ, ਅਤੇ ਜਿਹੜਾ ਕੰਮ ਦਬੋਲੀਆਂ ਪਿੰਡ ਦੇ ਵਿੱਚ ਬਾਸਕਟਬਾਲ ਦੀ ਨਰਸਰੀ ਤਿਆਰ ਕਰਨ ਨੂੰ ਸੱਜਣ ਸਿੰਘ ਚੀਮਾ ਅਤੇ ਚੀਮਾ ਭਰਾ ਕਰ ਰਹੇ ਆ, ਗੁਰੂ ਨਾਨਕ ਪਾਤਸ਼ਾਹ ਦਾ ਆਦੇਸ਼ ਤਾਂ ਇਹੀ ਹੈ ਨਾ ਕਿ ਜਿੱਥੇ ਵੀ ਉਹ ਉੱਥੇ ਖੁਸ਼ਬੋਈ ਵੰਡੋ, ਜਿੱਥੇ ਵੀ ਉਹ ਗੁਣ ਵੰਡੋ। ਅਤੇ ਭਾਅ ਗੁਰਦੇਵ ਸਿੰਘ ਗਿੱਲ ਅਰਜਨ ਅਵਾਰਡੀ ਬਾਰੇ ਕੀ ਗੱਲ ਕਰਾਂ, ਸਾਰੀ ਜ਼ਿੰਦਗੀ ਲਾਤੀ ਬੰਦੇ ਨੇ, ਹੁਣ ਇਹ ਕਰਤਾਰ ਭਲਵਾਨ ਨੂੰ ਵੇਖ ਰਿਹਾ ਸਾਂ ਮੈਂ, ਸੱਚ ਜਾਣਿਓ ਮਤਲਬ ਮੈਂ ਸ਼ਰਾਬ ਤਾਂ ਨਹੀਂ ਜ਼ਿੰਦਗੀ 'ਚ ਪੀਤੀ, ਪਰ ਪੌਣੀ ਬੋਤਲ ਜਿਹਨਾਂ ਨਸ਼ਾ ਹੋ ਜਾਓ, ਸਾਰੇ ਟੱਬਰ ਨੂੰ ਵੇਖਿਆ। ਸਰ ਦੇਖੋ ਬਾਬੇ ਨਾਨਕ ਦਾ ਆਸ਼ੀਰਵਾਦ, ਉਹਦਾ ਪ੍ਰਸ਼ਾਦ ਹੀ ਮਿਲਿਆ ਜੀ ਅੱਜ, ਇਹ ਪ੍ਰਸ਼ਾਦ ਜਿਹੜਾ ਤੁਸੀਂ ਇਸ ਪੰਜਾਬ ਦੀ ਜ਼ਰਖੇਜ਼ ਧਰਤੀ 'ਤੇ ਜਿੱਥੇ ਗੁਰੂ ਨਾਨਕ ਨੇ ਹਲ ਵਾਹਿਆ, ਅਸੀਂ ਉਹਦੀ ਨਸਲ ਹਾਂ, ਉਹਦੀ ਫਸਲ ਹਾਂ, ਸਾਨੂੰ ਮਾਣ ਹੈ ਕਿ ਕਿਤੇ ਨਾ ਕਿਤੇ ਸਾਡੇ ਕੰਮ ਨੂੰ ਰੈਕਗਨਾਈਜ਼ ਕੀਤਾ ਗਿਆ ਔਰ ਐਡੀਆਂ ਮਹਾਨ ਹਸਤੀਆਂ ਦੇ ਨਾਲ ਸਾਨੂੰ ਵੀ ਸਨਮਾਨਿਤ ਕੀਤਾ ਗਿਆ, ਇਹ ਮੇਰੇ ਲਈ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ। ਇੱਕ ਬੜੀ ਗੱਲ ਇਹ ਵੀ ਹੈ, ਬਹੁਤ ਸਾਰੀਆਂ ਚੁਣੌਤੀਆਂ ਪੰਜਾਬ ਉਹਨਾਂ ਦਾ ਸਾਹਮਣਾ ਕਰ ਰਿਹਾ, ਬਾਬੇ ਨਾਨਕ ਨੇ ਮਾਤਾ ਧਰਤ ਨੂੰ ਆਪਣਾ ਸੰਦੇਸ਼ ਦਿੱਤਾ, ਸਾਡਾ ਆਲਾ ਦੁਆਲਾ ਵੀ ਜਿਹੜਾ ਗੰਦਲਾ ਹੋ ਰਿਹਾ, ਲੱਗਦਾ ਕਿ ਉਹ ਚੀਜ਼ 'ਤੇ ਗੌਰ ਕਰ? ਬਿਲਕੁਲ ਜੀ, ਇਹ ਜੇ ਇੱਦਾਂ ਦੇ ਅਗਰ ਲੋਕਾਂ ਦੇ ਚੇਤਨਾ ਵਾਸਤੇ, ਲੋਕਾਂ ਦੀ ਅਵੇਅਰਨੈਸ ਅਵੇਕਨਿੰਗ ਵਾਸਤੇ ਅਗਰ ਇਸ ਤਰ੍ਹਾਂ ਦੇ ਇਕੱਠ ਨਹੀਂ ਹੋਣਗੇ, ਤਾਂ ਲੋਕ ਜਿਹੜੇ ਥੋੜ੍ਹਾ ਬਹੁਤ ਜੁੜੇ ਨੇ ਆਪਣੇ ਵਿਰਸੇ ਵਿਰਾਸਤ ਨਾਲ, ਉਹ ਵੀ ਟੁੱਟ ਜਾਣਗੇ। ਕਿਤੇ ਨਾ ਕਿਤੇ ਗੁਰੂ ਦਾ ਉਪਦੇਸ਼, ਗੁਰੂ ਦਾ ਆਦੇਸ਼, ਗੁਰੂ ਦਾ ਉਦੇਸ਼, ਇਹ ਸਾਰੇ ਸਾਡੇ ਤੱਕ ਪਹੁੰਚਦੇ ਨੇ ਇਹੋ ਜਿਹੇ ਫੰਕਸ਼ਨਸ ਜਦੋਂ ਹੁੰਦੇ ਨੇ, ਬੱਚਿਆਂ ਨੂੰ ਪਤਾ ਲੱਗਦਾ ਔਰ ਕਿਤੇ ਨਾ ਕਿਤੇ ਅਸੀਂ ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਸ਼ੁਰੂ ਕਰਦੇ ਹਾਂ, ਗੁਰੂ ਨੂੰ ਤਾਂ ਮੰਨਦੇ ਆ ਰਹੇ ਹਾਂ, ਗੁਰੂ ਦੀ ਵੀ ਮੰਨਣਾ ਸ਼ੁਰੂ ਕਰ ਦੇਵਾਂਗੇ। ਬਹੁਤ ਖੁਸ਼ੀ ਦੀ ਗੱਲ ਆ ਜੀ, ਗੁਰੂ ਨਾਨਕ ਦੇਵ ਜੀ ਦੇ ਜੋ ਫਲਸਫੇ ਨੂੰ ਸਾਰੇ ਮੰਨ ਰਹੇ ਆ ਅਤੇ ਇੱਦਾਂ ਮੰਨਦੇ ਰਹੇ, ਤਾਂ ਬਹੁਤ ਚੰਗੀ ਗੱਲ ਆ ਸਾਡੇ ਸਾਰੇ ਸਮਾਜ ਲਈ, ਸਾਡੇ ਸਿੱਖਾਂ ਲਈ, ਸਾਰੇ ਵਰਲਡ ਲਈ ਬਹੁਤ ਵਧੀਆ ਇਹ ਜਿਹੜਾ ਮਾਹੌਲ ਬਣਿਆ ਆ, ਇੱਦਾਂ ਖੁਸ਼ੀਆਂ ਭਰਿਆ ਬਣਿਆ ਰਹੇ। ਦੇਖੋ ਜੀ, ਪਹਿਲੀ ਤਾਂ ਗੱਲ ਇਹ ਜਿਹੜਾ ਇਹ ਬੜਾ ਪਵਿੱਤਰ ਦਿਹਾੜਾ ਆ, ਬਹੁਤ ਸ਼ੁਭ ਦਿਹਾੜਾ ਆ ਔਰ ਸਾਰਾ ਵਧੀਆ ਹੀ ਵਧੀਆ ਹੋ ਰਿਹਾ। ਤੁਸੀਂ ਉਹ ਲਾਂਘੇ ਤੋਂ ਲੈ ਕੇ ਹੋਰ ਜਿੰਨੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਬਹੁਤ ਵਧੀਆ ਅਤੇ ਬਹੁਤ ਸੋਹਣੀਆਂ ਹੋ ਰਹੀਆਂ ਨੇ। ਅੱਗੇ ਵੀ ਈਵਨ ਬਾਰਡਰ 'ਤੇ ਮੈਂ ਜਾ ਕੇ ਆਇਆ, ਗੁਰਦੁਆਰਾ ਸਾਹਿਬ, ਬੇਰ ਸਾਹਿਬ, ਹੋਰ ਜਗ੍ਹਾ, ਬਹੁਤ ਹੀ ਇੰਪਰੂਵਮੈਂਟ ਅਤੇ ਬਹੁਤ ਹੀ ਡਿਵੈਲਪਮੈਂਟ ਹੋ ਰਹੀ ਆ। ਮਤਲਬ ਕਈ ਵਾਰ ਤਾਂ ਅੱਖਾਂ ਬੰਦ ਕਰਕੇ ਦੇਖੀ ਜਾਏਗਾ, ਮੈਂ ਸਪਨਾ ਤਾਂ ਨਹੀਂ ਦੇਖ ਰਿਹਾ, ਸੱਚਾਈ ਆ। ਤਾਂ ਮੈਂ ਇਹਦੇ ਲਈ ਪੰਜਾਬ ਸਰਕਾਰ ਨੂੰ ਜਾਂ ਹੋਰ ਵੀ ਜਿਹੜੇ ਲੋਕ ਕਰ ਰਹੇ ਨੇ ਨੂੰ ਉਹਨਾਂ ਨੂੰ ਬਹੁਤ ਵਧਾਈ ਦੇਣਾ ਚਾਹਾਂਗਾ ਅਤੇ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣ। ਇਹਦੇ ਨਾਲ ਨਾਲ ਜਿਹੜੀ ਹੁਣ ਇਸ ਵੇਲੇ ਜ਼ਰੂਰਤ ਆ,
ਹੁਣ ਇੱਕ ਮੋਮੈਂਟਮ ਬਣਿਆ ਹੋਇਆ ਅਤੇ ਆਪਾਂ ਥੋੜ੍ਹਾ ਜਿਹਾ ਗੁਰੂ ਨਾਨਕ ਮਹਾਰਾਜ ਦੇ ਲੜ ਲੱਗਣ ਦੀ ਵੀ ਕੋਸ਼ਿਸ਼ ਕਰੀਏ, ਉਹਨਾਂ ਦੀ ਵਿਚਾਰਧਾਰਾ 'ਤੇ ਵੀ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ। ਤੁਸੀਂ ਇਹੀ ਦੇਖੋ, ਉਹ ਇੱਕ ਯੰਗ ਯੁਵਕ ਦੇ ਹਾਲਤ ਵਿੱਚ ਤੁਰੇ ਸੀਗੇ, ਕੋਈ ਪਤਾ ਸੀ ਕਿੱਥੇ ਜਾਣਾ? ਕੋਈ ਪਤਾ ਸੀ ਆਹ ਦਿਨ ਆਉਣੇ ਨੇ? ਹੀ ਨੈਵਰ ਥੋਟ ਆਫ ਪ੍ਰੋਫਿਟ, ਉਹਨੇ ਕਦੀ ਪ੍ਰੋਫਿਟ ਬਾਰੇ ਨਹੀਂ ਸੋਚਿਆ, ਕਦੇ ਕਿਸੇ ਹੋਰ ਬਾਰੇ ਨਹੀਂ ਸੋਚਿਆ। ਉਹ ਜੋ ਉਹਨਾਂ ਦੇ ਦਿਲ 'ਚ ਮਾਨਤਾ ਆਈ ਉਹ ਲੱਗ ਕੇ ਤੁਰ ਗਏ। ਅਤੇ ਅੱਜ ਦੇਖੋ ਇਹੀ ਚੀਜ਼, ਇਹ ਫਲਸਫਾ ਜਿਹੜਾ ਆ, ਇਹ ਜਿਹੜੀ ਸੋਚ ਆ, ਆਪਾਂ ਸਾਰਿਆਂ ਨੂੰ ਲੈਣ ਦੀ ਲੋੜ ਆ। ਆਪਾਂ ਸਟੈਪ ਬਾਅਦ ਚੱਕਦੇ ਹਾਂ, ਪਹਿਲਾਂ ਕਹਿੰਦੇ ਲਿਆ ਕੱਢ ਬਈ, ਮਿਲਣਾ ਕੀ ਆ, ਮੈਨੂੰ ਦੇਣਾ ਕੀ ਆ, ਮੈਨੂੰ ਕੀ ਮਿਲੂਗਾ। ਸੋ ਲੀਵ ਦੋਸ ਫੀਅਰਸ ਬਿਹਾਈਂਡ, ਕੰਮ ਕਰਨਾ ਸ਼ੁਰੂ ਕਰੋ, ਮਿਹਨਤ ਕਰਨੀ ਸ਼ੁਰੂ ਕਰੋ। ਔਰ ਮੈਂ ਤਾਂ ਮੰਨਦਾ ਕਿ ਜਿਹੜਾ ਬੰਦਾ ਮਾਲਕ ਨੂੰ ਯਾਦ ਰੱਖ ਕੇ ਇਮਾਨਦਾਰੀ ਨਾਲ ਮਿਹਨਤ ਕਰਦਾ ਆ, ਸਕਾਈ ਇਜ਼ ਦਾ ਲਿਮਿਟ, ਜਿੱਥੇ ਚਾਹਵੇ ਉੱਥੇ ਪਹੁੰਚ ਸਕਦਾ। ਬਹੁਤ ਖੁਸ਼ੀ ਦੀ ਗੱਲ ਹੈ, ਔਰ ਸਭ ਤੋਂ ਜਿਹੜੀ ਖੁਸ਼ੀ ਦੀ ਗੱਲ ਉਹ ਹੈ ਵੀ ਏਡੀਆਂ ਵੱਡੀਆਂ ਹਸਤੀਆਂ ਸਾਰੀ ਦੁਨੀਆ ਦੇ ਵਿੱਚੋਂ ਉਹਨਾਂ ਦੇ ਦਰਸ਼ਨ ਕਰਨ ਨੂੰ ਮੌਕਾ ਮਿਲ ਗਿਆ। ਅਤੇ ਜਿਹੜਾ ਇੱਕ ਇਤਿਹਾਸ ਹੈ 550 ਗੁਰਪੁਰਬ ਦੇ ਉੱਤੇ ਸਨਮਾਨਿਤ ਹੋਣਾ, ਅਤੇ ਮੈਂ ਕਹਿੰਦਾ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦੁਨੀਆ ਦੇ ਵਿੱਚ ਜਿਹੜੇ ਨੇ ਸਾਰੇ ਸਾਨੂੰ 550 ਦੇ ਵਿੱਚ ਲਿਆ, ਬੜੀ ਵੱਡੀ ਗੱਲ ਹੈ, ਬਹੁਤ ਖੁਸ਼ੀ। ਬਹੁਤ ਵੱਡਾ ਉਪਰਾਲਾ ਪੰਜਾਬ ਗੌਰਮੈਂਟ ਦਾ, ਇੰਨੇ ਵੱਡੇ ਸਪੋਰਟਸਮੈਨ ਨੇ ਨਹੀਂ, ਸਾਰੇ ਹਰ ਇੱਕ ਕੈਟਾਗਰੀ ਦੇ ਬੰਦੇ ਲਿਆ ਕੇ ਇਕੱਠੇ ਕਰਨੇ, ਚਾਹੇ ਉਹ ਹਰ ਇੱਕ 7-8 ਚੇਅਰ ਸਥਾਪਿਤ ਕਰਨੇ ਆ ਯੂਨੀਵਰਸਿਟੀਆਂ ਦੇ ਵਿੱਚ। ਮੈਂ ਸਮਝਦਾ ਕਿ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਆ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਤਾਂ ਮਿਲਣ ਦਾ ਮੌਕਾ ਮਿਲਿਆ, ਦੂਜਾ ਇਹ 550 ਸਾਡੇ ਗੁਰੂ ਨਾਨਕ ਜੀ ਦਾ ਪਹਿਲੇ ਗੁਰੂ ਜੀ ਦਾ ਜੋ ਜਨਮ ਦਿਨ ਆ ਉਹਨੂੰ ਸਮਰਪਿਤ ਕਰਕੇ ਜੋ ਸਾਨੂੰ ਸਨਮਾਨਿਤ ਕੀਤਾ, ਇਹ ਭੁੱਲਣ ਵਾਲਾ ਨਹੀਂ ਹੈ, ਇਹਨੂੰ ਅਸੀਂ ਕਦੀ ਵੀ ਨਹੀਂ ਭੁਲਾ ਸਕਦੇ। ਬਹੁਤ ਹੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਰ ਅਮਰਿੰਦਰ ਸਿੰਘ ਦੇ ਇਸ ਉਪਰਾਲੇ ਨੂੰ ਔਰ ਸਾਰੀ ਗੌਰਮੈਂਟ ਦੇ ਉਪਰਾਲੇ ਨੂੰ। ਇਹ ਬਹੁਤ ਹੀ ਖੁਸ਼ੀ ਵਾਲੇ ਪਲ ਆ, ਕਿਉਂਕਿ ਜਿਹੜਾ 550 ਸਾਲਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਪੂਰੇ ਵਰਲਡ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ, ਔਰ ਉਹਦੇ ਵਿੱਚੋਂ ਇਹਨਾਂ ਜਿਹੜੀਆਂ 550 ਸ਼ਖਸੀਅਤਾਂ ਲਈਆਂ ਉਹਨਾਂ ਦੇ ਵਿੱਚ ਸਾਡਾ ਨਾਮ ਆਇਆ, ਔਰ ਅਸੀਂ ਆਪਣੇ ਆਪ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ, ਔਰ ਇਹ ਜਿਹੜਾ ਅਵਾਰਡ ਮਿਲਿਆ ਇਹ ਹਮੇਸ਼ਾ ਹੀ ਨਾ ਭੁੱਲਣ ਵਾਲਾ ਔਰ ਹਮੇਸ਼ਾ ਹੀ ਲਾਈਫ ਦੇ ਵਿੱਚ ਯਾਦਗਾਰੀ ਅਵਾਰਡ ਬਣਿਆ ਰਹੂਗਾ। ਕਿਉਂਕਿ ਅਵਾਰਡ ਤਾਂ ਹੋਰ ਦੁਨੀਆ 'ਚ ਬਹੁਤ ਲਏ, ਵੱਡੇ ਵੱਡੇ ਅਵਾਰਡ ਵੀ ਲਏ, ਪਰ ਇਹ ਜਿਹੜਾ ਆਪਣੀ ਕੌਮ ਵੱਲੋਂ ਔਰ ਆਪਣਾ ਜਿਹੜਾ ਆਪਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆਪਾਂ ਮਨਾ ਰਹੇ ਹਾਂ ਉਸ ਸ਼ਤਾਬਦੀ ਦੇ ਜਿਹੜਾ ਅਵਾਰਡ ਦਿੱਤਾ ਗਿਆ ਇਹਦੇ ਨਾਲ ਦੀ ਕੋਈ ਰੀਸ ਨਹੀਂ। ਮੈਂ ਪਹਿਲਾਂ ਤਾਂ ਸਾਰੇ ਜਗਤ ਨੂੰ ਵਧਾਈਆਂ ਦਿੰਦਾ ਗੁਰੂ ਨਾਨਕ ਜੀ ਦੇ ਜਨਮ ਦਿਨ ਦੀਆਂ 550 'ਤੇ। ਦੂਸਰੇ ਨੰਬਰ 'ਤੇ ਕੈਪਟਨ ਸਾਹਿਬ ਨੇ ਜੋ ਸਰਕਾਰ ਨੇ ਇਹ ਜਿਹੜਾ ਮਾਲਕ ਕੇ ਸਾਰਿਆਂ ਨੂੰ ਸਨਮਾਨਿਤ ਕੀਤਾ ਇਹ ਬਹੁਤ ਹੀ ਚੰਗੀ ਗੱਲ ਆ। ਇੱਕ ਤਾਂ ਅਸੀਂ ਸਾਰੇ ਜਿੰਨੇ ਸੀ ਪਲੇਅਰ ਜਿਹੜੀ ਜਗ੍ਹਾ 'ਤੇ ਸਾਰਿਆਂ ਮਿਲੇ, ਮਿਲਾਪ ਹੋ ਗਿਆ ਸਾਡਾ ਸਾਰਿਆਂ ਦਾ, ਬੜੇ ਕਿਤੇ ਵਰਸੋਂ ਦੇ ਕਿਤੇ ਮਿਲੇ ਅਸੀਂ ਜਦ ਖੇਡਦੇ ਸੀਗੇ। ਅਤੇ ਦੂਸਰਾ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅਵਾਰਡ ਆ ਇਹ ਤੋਂ ਵੱਡਾ ਕੋਈ ਅਵਾਰਡ ਹੀ ਕੋਈ ਹੈ ਨਹੀਂ ਗਾ, ਠੀਕ ਹੈ ਨਾ? ਅਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਅਤੇ ਧੰਨਵਾਦ ਗੌਰਮੈਂਟ ਦਾ। ਅਤੇ ਲਾਂਘੇ ਬਾਰੇ ਦੱਸੋ ਕੀ ਕਹਿਣਾ ਚਾਹੋਗੇ, 550 ਪ੍ਰਕਾਸ਼ ਪੁਰਬ ਹੈ। ਹਾਂ, ਲਾਂਘੇ ਬਾਰੇ ਇੱਦਾਂ ਆ ਵੀ ਲਾਂਘੇ ਬਾਰੇ ਸਰਦਾਰ ਕੁਲਦੀਪ ਸਿੰਘ ਬਡਾਲਾ ਸਾਹਿਬ ਨੇ ਹਰੇਕ ਮਹੀਨੇ ਅਰਦਾਸ ਕਰਦੇ ਸੀ ਜਾ ਕੇ ਡੇਰਾ ਬਾਬਾ ਨਾਨਕ, ਉਹ ਅੱਜ ਹੈ ਨਹੀਂ ਸਾਡੇ ਵਿੱਚ, ਲੇਕਿਨ ਜੇ ਹੁੰਦੇ ਤਾਂ ਦੇਖੋ ਕਿੰਨੇ ਉਹ ਖੁਸ਼ ਹੁੰਦੇ। ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ, ਉਹਨਾਂ ਤੋਂ ਸ਼ੁਰੂ ਹੋਇਆ ਕੰਮ ਇਹ। ਉਸ ਤੋਂ ਬਾਅਦ ਦੇ ਵਿੱਚ ਆਪਣੇ ਮੋਦੀ ਸਾਹਿਬ ਇਹਨਾਂ ਨੇ ਜ਼ੋਰ ਪਾਇਆ, ਉਦੋਂ ਇਮਰਾਨ ਉਹ ਪਲੇਅਰ ਹੀ ਹੁੰਦੇ ਆ, ਉਹਨਾਂ ਦੇ ਦਿਲ 'ਚ ਦੂਈ ਕੋਈ ਐਸੀ ਵੈਸੀ ਗੱਲਬਾਤ ਨਹੀਂ ਹੁੰਦੀ, ਮਤਲਬ ਕਿ ਇਹਨਾਂ ਨੇ ਮੇਲ ਮਿਲਾ ਕੇ ਵਿੱਚ ਸਿੱਧੂ ਆ ਗਿਆ ਕਰਕੇ ਅਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਤੁਹਾਨੂੰ ਪਤਾ ਉਹ ਵੀ ਬੜੇ ਚੰਗੇ ਇਨਸਾਨ, ਖੇਡ ਭਾਵਨਾ ਨੇ ਲਾਂਘਾ ਸਿਰੇ ਜਿਹੜਾ ਭਾਵਨਾ ਜਿਹੜਾ ਲਾਂਘਾ ਸਕਾਂ ਸਾਡਾ ਉਹ ਸਿਰੇ ਲਾ ਤਾ, ਇਹਦੇ ਨਾਲ ਦੀ ਹੋਰ ਕੋਈ ਚੀਜ਼ ਹੀ ਕੋਈ ਨਹੀਂ। ਅੱਜ ਜਿਹੜਾ ਇਹ 550 ਅਲੱਗ ਅਲੱਗ ਫੀਲਡ ਦੇ ਜਿਹੜੇ ਨਾਮਵਰ ਹਸਤੀਆਂ ਉਹਨਾਂ ਨੂੰ ਸਨਮਾਨ ਜਿਹੜਾ ਮਿਲਿਆ ਹੈਗਾ ਬਹੁਤ ਚੰਗੀ ਗੱਲ ਹੈ, ਕਿਉਂਕਿ ਆਉਣ ਵਾਲੀ ਜਨਰੇਸ਼ਨ ਲਈ ਮੋਟੀਵੇਸ਼ਨ ਹੈ। ਅਤੇ ਲੇਕਿਨ ਮੈਂ 550 ਸਾਲਾਂ 'ਤੇ ਇੱਕ ਜ਼ਰੂਰ ਸਾਰਿਆਂ ਨੂੰ, ਕਿਉਂਕਿ ਉਹ ਜਿਹੜੀ ਫਿਲੋਸਫੀ ਆ ਨਾ ਅਸਲੀ ਗੱਲ ਹੈ, ਉਸ ਫਿਲੋਸਫੀ 'ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਚੰਗਾ ਕਿਰਦਾਰ, ਚੰਗੀ ਸੋਚ ਜਿਹੜੀ ਆ, ਕਿਉਂਕਿ ਅਸੀਂ ਜੇ ਇੱਕ ਗੱਲ 'ਤੇ ਵੀ ਪਹਿਰਾ ਦੇ ਲੈਂਦੇ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅੱਜ ਸਾਡੀ ਇਹ ਸਮੱਸਿਆ ਨਹੀਂ ਸੀ ਹੋਣੀ। 550 ਸਾਲਾਂ 'ਚ ਕਰਪਸ਼ਨ, ਬੇਰੁਜ਼ਗਾਰੀ, ਮਾੜਾ ਕਿਰਦਾਰ,
ਉਹ ਸਾਰਾ ਕੁਝ ਡਿਵੈਲਪ ਹੋ ਰਿਹਾ। ਅਸੀਂ ਕਹੀਏ ਉਹਦੇ 'ਚੋਂ ਪੋਲੀਟੀਸ਼ੀਅਨ ਵੀ ਬਾਹਰ ਨਹੀਂ ਹੈ, ਬਿਊਰੋਕਰੈਟ ਵੀ ਬਾਹਰ ਨਹੀਂ ਹੈ, ਜੁਡੀਸ਼ੀਅਲ ਸਿਸਟਮ ਵੀ ਬਾਹਰ ਨਹੀਂ ਹੈ, ਜਿਹੜਾ ਚੌਥਾ ਥੰਮ ਹੈ ਜਿਹੜਾ ਪੱਤਰਕਾਰ ਉਹ ਵੀ ਬਾਹਰ ਨਹੀਂ ਹੈ। ਹਰ ਬੰਦਾ ਜਿਹੜਾ ਆ, ਕਿਉਂਕਿ ਕਮਰਸ਼ਲਾਈਜੇਸ਼ਨ ਹੋ ਗਈ, ਖਾਣੀ ਤਾਂ ਰੋਟੀ ਹੈ ਨਾ, ਸੋ ਇਸ ਕਰਕੇ ਸਾਨੂੰ ਉਹਦੇ 'ਤੇ ਪਹਿਰਾ ਦੇਣ ਦੀ ਜ਼ਰੂਰਤ ਆ। ਅੱਜ ਇਹ ਸੁਨੇਹਾ ਘਰ ਘਰ ਲੈ ਕੇ ਜਾਈਏ ਕਿ ਉਸ ਫਿਲੋਸਫੀ 'ਤੇ ਕੰਮ ਕਰਨ ਦੀ ਜ਼ਰੂਰਤ ਆ। ਕੱਲ੍ਹ ਮੈਂ ਕਰਤਾਰਪੁਰ ਸਾਹਿਬ ਵੀ ਗਿਆ ਸੀਗਾ, ਗੁਰੂ ਸਾਹਿਬ ਨੇ ਤਾਂ ਸਾਨੂੰ ਇੱਕ ਰਾਹ ਦਿਖਾ ਦਿੱਤਾ, ਪਰ ਅਸੀਂ ਕੀ ਕੀਤਾ? ਕਿਉਂਕਿ ਕਰਮ ਕਰਨਾ ਤਾਂ ਸਾਡਾ ਵੀ ਫਰਜ਼ ਬਣਦਾ ਨਾ, ਅਸੀਂ ਸਾਰੇ ਕਰਮ ਕਰੀਏ, ਕਿਉਂਕਿ ਕਰਮ ਤੋਂ ਬਿਨਾਂ ਕੁਛ ਨਹੀਂ ਹੋਣਾ। ਕਿਉਂਕਿ ਹਰ ਚੀਜ਼ ਅਸੀਂ ਇਹ ਨਾ ਕਹਿ ਦਈਏ ਵੀ ਗੁਰੂ ਨਾਨਕ ਦੇਵ ਜੀ ਦੇਣ ਹੈ, ਪਰ ਸਾਨੂੰ ਕਰਮ ਕਰਨਾ ਪਊਗਾ। ਸੋ ਉਸ ਗੱਲ 'ਤੇ ਪਹਿਰਾ ਦਈਏ, ਕਿਰਦਾਰ ਬਿਲਡਅਪ ਕਰੀਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹ ਚੰਗੇ ਕਿਰਦਾਰ 'ਤੇ, ਕਿਉਂਕਿ ਦੁਨੀਆ ਦੇ ਉੱਤੇ, ਕਿਉਂਕਿ ਮੈਂ ਸਪੋਰਟਸ ਕਰਕੇ ਦੁਨੀਆ 'ਤੇ ਲੋਕਾਂ ਨਾਲ ਵਿਚਰਨ ਦਾ, ਲੋਕਾਂ ਦੀਆਂ ਰੇਸਿਸ ਨਾਲ ਮਿਲਣ ਦਾ ਮੌਕਾ ਮਿਲਿਆ। ਜਿੱਥੇ ਚੰਗਾ ਉੱਚਾ ਅਤੇ ਸੁੱਚਾ ਕਿਰਦਾਰ ਹੈ, ਉਹ ਦੇਸ਼, ਉਹ ਰੇਸਿਸ ਜਿਹੜੀਆਂ ਤਰੱਕੀ ਕਰਦੀਆਂ। ਸੋ ਇੱਕ ਇਹ ਸੁਨੇਹਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ, ਕਿਉਂਕਿ ਅੱਜ ਤੋਂ 550 ਸਾਲ ਪਹਿਲਾਂ ਜੋ ਗੱਲ ਕਹੀ ਸੀ, ਉਹ ਅੱਜ ਵੀ ਹੂ ਬਹੂ ਜੇ ਸਾਡੇ ਸਿਸਟਮ ਦੇ ਵਿੱਚ ਅਸੀਂ ਇੰਪਲੀਮੈਂਟ ਕਰ ਲਈਏ, ਤਾਂ ਮੇਰਾ ਖਿਆਲ ਹੈ ਸਾਨੂੰ ਬਹੁਤ ਸਮੱਸਿਆਵਾਂ ਨਹੀਂ ਰਹਿਣਗੀਆਂ। ਕਿਰਦਾਰ ਲਿਖਣ ਦਾ ਜਾਂ ਕਿਰਦਾਰ ਦਾ ਮਿਆਰ ਹੈ ਜਿਹੜਾ ਦਿਨੋਂ ਦਿਨ ਨੀਵਾਂ ਹੁੰਦਾ, ਤੁਸੀਂ ਵੱਡਾ ਕਰਨ ਦੀ? ਦੇਖੋ, ਅੱਜ ਜਿਹੜੀ ਰਿਐਲਿਟੀ ਆ, ਉਹ ਇਕਨੋਮਿਕਸ ਜਿਹੜੀ ਆ ਦੁਨੀਆ ਦੇ ਉੱਤੇ ਰੂਲ ਕਰਦੀ ਆ। ਕਿਉਂਕਿ ਜਿਸ ਘਰ ਦੀ ਇਕੋਨਮੀ ਖਰਾਬ ਹੋ ਜਾਂਦੀ ਆ, ਉਹ ਘਰ ਦਾ ਕਿਰਦਾਰ ਵੀ ਹੌਲੀ 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 ਸਾਰੀਆਂ ਚੀਜ਼ਾਂ, ਬੱਚਿਆਂ ਦੀ ਪੜ੍ਹਾਈ, ਮਾਂ ਪਿਓ ਦੀ ਦਵਾਈ, ਔਰ ਉਸ ਘਰ ਦਾ ਕਿਰਦਾਰ ਜਿਹੜਾ, ਮੈਂ ਇੱਕ ਘਰ ਨੂੰ ਇਕਾਈ ਮੰਨਦਾ, ਚਾਹੇ ਉਹ ਸੂਬੇ ਦੀ ਗੱਲ ਹੋਵੇ, ਚਾਹੇ ਉਹ ਦੇਸ਼ ਦੀ ਗੱਲ ਹੋਵੇ, ਇਹ ਚੀਜ਼ਾਂ ਜਿਹੜੀਆਂ, ਔਰ ਉਹਦੇ ਵਿੱਚੋਂ ਇਮਬੈਲੈਂਸ ਹੋ ਗਿਆ। ਕਿਉਂਕਿ ਕੁਛ ਕੁ ਲੋਕ ਇੰਨੀ ਕੁ, ਮੇਰਾ ਖਿਆਲ ਹੈ ਕਿ ਹਿੰਦੁਸਤਾਨ ਹੀ ਇੱਕ ਇਹੋ ਜਿਹਾ ਕੰਟਰੀ ਆ ਜਿੱਥੇ ਇੰਨਾ ਇਮਬੈਲੈਂਸ ਹੈ। ਮੈਨੂੰ ਨਹੀਂ ਸਮਝ ਆਈ ਵੀ ਪੈਸੇ ਲਿਜਾਣੇ ਕਿੱਥੇ ਆ, ਲੇਕਿਨ ਅਸੀਂ ਇੰਬੈਲੈਂਸ ਦੇ ਵਿੱਚ ਸਾਰਿਆਂ ਨੇ ਰੋਲ ਪਲੇ ਕੀਤਾ। ਪੋਲੀਟੀਸ਼ੀਅਨਸ ਨੇ ਪਲੇ ਕੀਤਾ, ਬਿਊਰੋਕਰੈਟਸ ਨੇ ਕੀਤਾ, ਜੁਡੀਸ਼ੀਅਲ ਸਿਸਟਮ ਨੇ ਕੀਤਾ, ਕਿਉਂਕਿ ਜਿਹੜੇ ਡੈਮੋਕ੍ਰੇਸੀ ਦੇ ਚਾਰੇ ਪਿੱਲਰ ਸੀ, ਉਹਨਾਂ ਸਾਰਿਆਂ ਨੇ ਰੋਲ ਪਲੇ ਕੀਤਾ। ਉਹਦੇ 'ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਆ, ਉਹ ਕਿਰਦਾਰ ਜਿਹੜਾ ਖੜ੍ਹਾ ਹੋਣ ਦੀ ਜ਼ਰੂਰਤ ਆ। ਕਿਉਂਕਿ ਆਉਂਦਾ ਕਿੱਥੋਂ ਆ? ਆਉਂਦਾ ਲੋਕਾਂ ਦੇ ਵਿੱਚੋਂ। ਅਸੀਂ ਕਿਹਦੇ 'ਚੋਂ ਆਉਂਦੇ? ਅਸੀਂ ਲੋਕਾਂ ਦੇ ਵਿੱਚੋਂ ਆਉਂਦੇ ਹਾਂ। ਬਹੁਤ ਹੀ ਆਸਪੀਸ਼ੀਅਸ ਓਕੇਜ਼ਨ ਹੈ ਔਰ ਬਹੁਤ ਅੱਛਾ ਲੱਗ ਰਿਹਾ ਔਰ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਔਰ ਇਹ ਵੀ ਬਹੁਤ ਅੱਛੀ ਗੱਲ ਹੈ ਕਿ ਸਾਰੇ ਫੀਲਡ 'ਚ ਉਹਨਾਂ ਨੇ, ਸਾਰੇ ਦੁਨੀਆਂ 'ਚੋਂ ਜੋ ਜਿਨ੍ਹਾਂ ਨੇ ਕੰਮ ਕੀਤਾ, ਇਕੱਠਾ ਕੀਤਾ ਉਹਨਾਂ ਨੂੰ, ਔਰ ਇੱਕ ਬਹੁਤ ਅੱਗੇ ਰਿਸਪੋਂਸੀਬਿਲਿਟੀ ਵੀ ਆਉਂਦੀ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹੈ ਉਹ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰੀਏ, ਆਪਣੇ ਅਗਲੀ ਜਨਰੇਸ਼ਨ ਨੂੰ ਵੀ ਉਹ ਮੈਸੇਜ ਪਹੁੰਚਾਈਏ। ਸੋ ਬਹੁਤ ਹੀ ਅੱਛਾ ਲੱਗਿਆ। ਇਹ ਵੀ ਰਹੀ ਹੈ ਕਿ 2 ਪਲੇਅਰਾਂ ਦਾ ਵੱਡਾ ਯੋਗਦਾਨ ਕਰਤਾਰਪੁਰ ਲਾਂਘੇ 'ਚ ਰਿਹਾ ਹੈ, ਉਹ ਇੱਕ ਖਿਡਾਰੀ ਹੋਣ ਦੇ ਨਾਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਇਹੀ ਕਹੂੰਗੀ ਕਿ ਸਪੋਰਟਸਮੈਨਸ਼ਿਪ ਦਿਖਾਈ ਹੈ ਉਹਨਾਂ ਨੇ ਔਰ ਸਪੋਰਟਸਮੈਨ ਦੀ ਸਪਿਰਿਟ ਹਮੇਸ਼ਾ ਦੁਨੀਆ ਦੇਖਦੀ ਹੈ, ਸੋ ਉਹੀ ਕੰਮ ਉਹਨਾਂ ਨੇ ਕਰਕੇ ਦਿਖਾਇਆ ਔਰ ਉਹਦੇ ਲਈ ਸਾਰੀ ਦੁਨੀਆ ਨੂੰ, ਸਾਰੀ ਸਿੱਖ ਕੌਮ ਨੂੰ, ਸਾਰੇ ਪੰਜਾਬੀਆਂ ਨੂੰ ਬਹੁਤ ਹੀ ਅੱਛਾ ਲੱਗਿਆ। ਮੈਂ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਸਮਝਦਾ ਹਾਂ ਕਿ ਇਹ ਜਿਹੜਾ ਮੌਕਾ ਹੈ ਸਾਡੀ ਜ਼ਿੰਦਗੀ 'ਚ ਆਇਆ, ਜਿਹੜਾ 550ਵਾਂ ਪ੍ਰਕਾਸ਼ ਉਤਸਵ ਆ, ਅਸੀਂ ਉਹਨੂੰ ਵੇਹਨੇ ਪਏ ਹਾਂ, ਜਿਸ ਤਰੀਕੇ ਨਾਲ ਅੱਜ ਸਨਮਾਨਿਤ ਕੀਤਾ ਜਾ ਰਿਹਾ, ਬੜਾ ਮਾਣ ਮਹਿਸੂਸ ਹੋ ਰਿਹਾ। ਇੱਕ ਅਸੀਂ ਲਾਂਘੇ ਬਾਰੇ ਪੁੱਛ ਰਹੇ ਸੀ, ਕਰਤਾਰਪੁਰ ਲਾਂਘਾ ਵੀ ਖੁੱਲ੍ਹ ਗਿਆ, 550ਵਾਂ ਪ੍ਰਕਾਸ਼ ਪੁਰਬ ਹੈ ਅਤੇ 2 ਖਿਡਾਰੀਆਂ ਦੀ ਬੜੀ ਅਹਿਮ ਭੂਮਿਕਾ ਰਹੀ ਹੈ, ਉਹਨੂੰ ਕਿਸ ਤਰੀਕੇ ਵੇਖਦੇ ਹੋ? ਦੇਖੋ, ਆਪਣੇ ਆਪ ਜੀ ਇੱਕ ਬੜਾ ਵੱਡਾ ਇੱਕ ਇਗਜ਼ਾਮਪਲ ਆ, ਜਿਹੜਾ ਦੋਵਾਂ ਖਿਡਾਰੀਆਂ ਨੇ, ਦੋਨਾਂ ਦੇਸ਼ਾਂ ਦੇ ਖੇਡਾਂ ਨੇ ਇਸ ਪਿਆਰ ਨੂੰ ਵਧਾਇਆ। ਮੈਨੂੰ ਲੱਗਦਾ ਕਿ ਸਭ ਤੋਂ ਇੱਕ ਚੰਗਾ ਇੱਕ ਮੈਸੇਜ ਆ ਕਿ ਅਸੀਂ ਸਪੋਰਟਸ ਦੇ ਤਰੀਕੇ ਨਾਲ ਪੂਰੇ ਵਰਲਡ ਨੂੰ ਇਕੱਠਾ ਰੱਖ ਸਕਦੇ। ਅੱਜ ਮੈਂ 550 ਸਾਲਾ ਪੰਜਾਬ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ 'ਤੇ ਇਹੋ ਕਹਿਣਾ ਚਾਹਾਂਗਾ ਕਿ ਅੱਜ ਜੋ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਸਾਰੇ ਹਸਤੀਆਂ ਨੂੰ, ਪੰਜਾਬ ਦੀਆਂ ਵੱਡੀਆਂ ਵੱਡੀਆਂ ਨੂੰ, ਇਹ ਬਹੁਤ ਵਧੀਆ ਉਪਰਾਲਾ ਕੀਤਾ। ਇੱਦਾਂ ਹੀ ਸਾਰੀਆਂ ਹਸਤੀਆਂ ਦਾ ਉਤਸ਼ਾਹ ਵੱਧਦਾ ਰਹਿੰਦਾ ਜਿੱਦਾਂ ਪੰਜਾਬ ਸਰਕਾਰ ਸਨਮਾਨਿਤ ਕਰਦੀ ਰਹਿੰਦੀ ਹੈ, ਅਤੇ ਇੱਦਾਂ ਹੀ ਜਿਸ ਤਰ੍ਹਾਂ ਤੁਸੀਂ ਕੱਲ੍ਹ ਵੇਖਿਆ ਹੋਏਗਾ ਕਿ ਇੱਕ 2 ਕੰਟਰੀਆਂ ਦਾ, ਪਾਕਿਸਤਾਨ ਅਤੇ ਇੰਡੀਆ ਦਾ ਇੱਕ ਕਰਤਾਰਪੁਰ ਸਿੰਘ ਦਾ ਲਾਂਘਾ ਸ਼ੁਰੂ ਹੋਇਆ ਹੈ, ਅਤੇ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਕਿ ਜੋ ਪਲੇਅਰ ਹੁੰਦੇ ਨੇ, ਪਲੇਅਰ ਬਹੁਤ ਕੁਛ ਕਰਾ ਸਕਦੇ ਨੇ, ਮੈਂ ਵੀ ਪਲੇਅਰ ਹਾਂ ਅਤੇ ਐਜ਼ ਏ ਪਲੇਅਰ ਬਹੁਤ ਕੁਛ ਹੋ ਸਕਦਾ, ਬਹੁਤ ਕੁਛ ਕਰ ਸਕਦੇ ਨੇ। ਮੈਂ ਇਹ ਕਹਿਣਾ ਚਾਹਾਂਗਾ ਕਿ ਵੱਡੀਆਂ ਵੱਡੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ, ਮੈਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਥੈਂਕਸ ਕਰਦਾ। ਅੱਜ ਮੇਰੇ ਭਰਾ, ਮੇਰੇ ਵੀਰ ਮੇਰੇ ਨਾਲ ਖੜ੍ਹੇ ਨੇ, ਦੇਖੋ ਸਾਰੇ ਇਕੱਠੇ ਹੋਏ ਨੇ, ਇਹਨਾਂ ਦਾ ਵੀ ਬਹੁਤ ਥੈਂਕ ਯੂ ਕਰਦਾ। ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ, ਬਹੁਤ ਮਨ ਖੁਸ਼ ਆ। ਪਰਮਾਤਮਾ ਦੀ ਕਿਰਪਾ ਨਾਲ, ਗੁਰੂ ਨਾਨਕ ਦੀ ਕਿਰਪਾ ਨਾਲ ਬਹੁਤ ਆਦਰ ਮਾਣ ਸਤਿਕਾਰ ਮਿਲੇ ਆ, ਪਰ ਇਹ ਸਭ ਤੋਂ ਵੱਡਾ ਲੱਗਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੁੜਿਆ ਵਾ।
ਬਹੁਤ ਖੁਸ਼ੀ ਦੀ ਗੱਲ ਹੈ। ਦੇਖੋ ਲਾਂਘਾ ਖੁੱਲ੍ਹਿਆ ਤਾਂ ਬਿਲਕੁਲ ਹੀ ਇੱਕ ਅਚਨਚੇਤ ਕੋਈ ਮਤਲਬ ਕਿ ਪਰਮਾਤਮਾ ਦੀ ਕਿਰਪਾ ਹੋਈ, ਕਦੀ ਸੋਚਿਆ ਨਹੀਂ ਸੀਗਾ। ਮੈਂ ਖੈਰ ਬਾਰਡਰ ਏਰੀਆ ਦਾ ਰਹਿਣ ਵਾਲਾ, ਇਸ ਕਰਕੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ। ਔਰ ਇੱਕ ਲਾਂਘਾ ਹੀ ਨਹੀਂ ਖੁੱਲ੍ਹਿਆ, ਮੇਰੇ ਖਿਆਲ ਇੱਕ ਰਾਹ ਖੁੱਲ੍ਹ ਗਿਆ। ਹੋ ਸਕਦਾ ਗਾਂ ਅੱਗੇ ਆਪਣਾ ਹੋਰ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਦੇ ਹੋਰ ਉੱਦਮ ਕੀਤੇ ਜਾਣ ਅਤੇ ਇੱਕ ਦੂਜੇ ਨਾਲ ਮਿਲਵਰਤੋਂ ਵਧੇ ਅਤੇ ਆਪਣੇ ਆਪ ਨੂੰ ਵਪਾਰ ਦਾ ਬਹੁਤ ਫਾਇਦਾ ਹੋਊਗਾ। ਇਸ ਵੇਲੇ ਖੇਤੀਬਾੜੀ ਦੇ ਕਿਸ ਲੈਵਲ 'ਤੇ ਆ ਗਏ ਹਾਂ, ਉਸ ਲੈਵਲ 'ਤੇ ਆਪਣੀ ਐਕਸਪੋਰਟ ਬਹੁਤ ਜ਼ਰੂਰੀ ਪੰਜਾਬ ਦੇ ਵਿੱਚ, ਕਿਉਂਕਿ ਆਪਣਾ ਆਲਰੇਡੀ ਝਾੜ ਜਿਹੜਾ ਬਹੁਤ ਉੱਪਰ ਆ ਗਿਆ ਵਾ, ਇਹਨੂੰ ਉੱਪਰ ਝਾੜ ਲੈ ਕੇ ਜਾਣਾ ਬਹੁਤ ਔਖਾ ਵਾ। ਸੋ ਸਾਨੂੰ ਐਗਰੋ ਪ੍ਰੋਸੈਸਿੰਗ ਵਾਲੇ ਪਾਸੇ ਵਪਾਰ ਵਾਲੇ ਪਾਸੇ ਜਾਣਾ ਪਊ। ਉਸ ਤਰੀਕੇ ਨਾਲ ਮੇਰੇ ਹਿਸਾਬ ਨਾਲ ਇੱਕ ਬਹੁਤ ਹੀ ਗੁਰੂ ਨਾਨਕ ਦੇਵ ਨੇ ਮਿਹਰ ਕੀਤੀ ਆ ਕਿ ਇਹ ਲਾਂਘਾ ਖੁੱਲ੍ਹਿਆ। ਮੈਂ ਲਾਂਘਾ ਨਹੀਂ ਸਮਝਦਾ, ਮੈਂ ਤਾਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਸਮਝਦਾ, ਬਹੁਤ ਵੱਡੀ ਪਰਮਾਤਮਾ ਦੀ ਕਿਰਪਾ ਸਮਝਦਾ। ਬਹੁਤ ਵਧੀਆ ਅੱਜ ਦਾ ਜੋ ਵੀ ਪ੍ਰੋਗਰਾਮ ਲਿਖਿਆ ਪੰਜਾਬ ਸਰਕਾਰ ਵੱਲੋਂ, ਇਹ ਕਿਉਂਕਿ ਵੱਖ ਵੱਖ ਖੇਤਰਾਂ ਦੇ ਜਿੰਨੇ ਵੀ ਚੰਗੀ ਮੁਹਾਰਤ ਰੱਖਣ ਵਾਲੇ ਸੀ, ਜਿਨ੍ਹਾਂ ਨੇ ਕੋਈ ਪ੍ਰਾਪਤੀਆਂ ਕੀਤੀਆਂ, ਉਹਨਾਂ ਨੂੰ ਸਨਮਾਨ ਦੇਣਾ ਸਰਕਾਰਾਂ ਦਾ ਹੀ ਧਰਮ ਹੁੰਦਾ। ਅਤੇ ਜੇ ਸਰਕਾਰਾਂ ਦਿੰਦੀਆਂ ਤਾਂ ਹੋਰ ਚੰਗਾ ਕਾਰਜ ਕਰਨਗੇ। ਧੰਨਵਾਦ। ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸੁਨੇਹਾ ਦਿੱਤਾ ਜਾ ਰਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਇਸ ਦੇ ਵਿੱਚ ਕਿਸਾਨ ਦੀ ਅਹਿਮ ਭੂਮਿਕਾ ਹੋ ਸਕਦੀ ਹੈ ਜੋ ਕਿ ਸਿੱਧੇ ਤੌਰ 'ਤੇ ਕੁਦਰਤ ਨਾਲ ਜੁੜਿਆ ਹੋਇਆ। ਸਾਡੇ ਨਾਲ ਇੱਕ ਕਿਸਾਨ ਮੌਜੂਦ ਨੇ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਗੁਰਦੀਪ ਸਿੰਘ ਬਰਾੜ ਜੀ, ਪਿੰਡ ਮਹਿਮਾ ਸਭਾਈ, ਜ਼ਿਲ੍ਹਾ ਬਠਿੰਡਾ। ਗੁਰਦੀਪ ਜੀ, ਤੁਹਾਨੂੰ ਅੱਜ ਸਨਮਾਨ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ, ਇਹਦੇ ਬਾਰੇ ਦੱਸੋ ਕਿ ਕਿਸ ਚੀਜ਼ ਲਈ ਤੁਹਾਨੂੰ ਇਹ ਸਨਮਾਨ? ਪਹਿਲਾਂ ਤਾਂ ਸਾਡੇ ਪੰਜਾਬ ਗੁੰਦੇ ਸਰਾਨੇ 'ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਹੈ। ਉਦੋਂ ਬਾਅਦ ਜੋ ਸਨਮਾਨ ਮਿਲਿਆ ਮੈਨੂੰ, ਮੈਂ ਬਹੁਤ ਖੁਸ਼ ਹੈਗਾ। ਮੈਂ 2007 ਤੋਂ ਜੀ ਜੈਵਿਕ ਖੇਤੀ ਕਰਦਾ ਗਾ। 2007 ਦੇ ਵਿੱਚ ਤਾਂ ਮੈਂ ਸੀਗਾ KVK ਬਠਿੰਡਾ, ਉਦੋਂ ਬਾਅਦ ਮੇਰੇ ਨਾਲ ਅੰਬੂਜਾ ਸੀਮੈਂਟ ਵਾਲੇ ਜੁੜ ਗਏ ਸੀਗੇ, ਅਤੇ ਮੈਂ ਜੈਵਿਕ ਖੇਤੀ ਖੁਦ ਕਰਦਾ ਅਤੇ ਖੁਦ ਸੇਲ ਕਰਦਾ ਜੀ। ਅਤੇ ਇਹ ਦੱਸੋ ਕਿ ਜੈਵਿਕ ਖੇਤੀ ਦੀ ਜਿਹੜੀ ਹੈ ਤੁਹਾਨੂੰ ਕਿੱਥੋਂ ਇੱਛਾ ਪੈਦਾ ਹੋਈ ਅਤੇ ਹੁਣ ਕਿਸ ਤਰੀਕੇ ਨਾਲ ਤੁਹਾਡਾ ਜੈਵਿਕ ਖੇਤੀ ਦਾ ਕੰਮ ਚੱਲ? ਮੈਂ ਜੈਵਿਕ ਖੇਤੀ ਜੀ ਇੱਕ ਅੰਬੂਜਾ ਦੇ ਵਿੱਚ ਮੁਲਾਜ਼ਮ ਸੀਗਾ, ਜੋਰਾ ਸਿੰਘ ਸੀਗਾ, ਇੱਧਰ ਪਟਿਆਲਾ ਸਾਈਡ ਦਾ ਹੀ ਸੀਗਾ। ਉਹਨਾਂ ਨੇ ਮੇਰਾ ਨੰਬਰ ਲੈ ਕੇ ਮੇਰੇ ਨਾਲ ਕਨੈਕਟ ਕੀਤਾ ਵੀ ਤੁਸੀਂ ਜੈਵਿਕ ਖੇਤੀ ਕਰੋ ਅਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ। ਸਪੋਰਟ ਕੀਤੀ ਹੈ ਜੀ, ਹੌਲੀ ਹੌਲੀ ਲਾ ਲਿਆ ਮੈਨੂੰ ਇਸ ਕਿੱਤੇ 'ਤੇ। ਮੈਨੂੰ ਹੁਣ 2007 ਤੋਂ ਸਾਲ ਲਓ ਕਿੰਨੇ ਸਾਲ ਹੋ ਗਏ, ਹੁਣ ਮੈਥੋਂ ਸਬਜ਼ੀ ਨਹੀਂ ਪੂਰੀ ਆਉਂਦੀ, ਮੈਂ ਹੋਰ ਵੀ ਕਿਸਾਨ ਜੋੜਿਆ 2-3। ਸਬਜ਼ੀ ਦੀ ਡਿਮਾਂਡ ਜ਼ਿਆਦਾ ਹੈ ਜੀ ਜੈਵਿਕ ਦੀ। ਅਤੇ ਤੁਸੀਂ ਹੋਰ ਕਿਸਾਨਾਂ ਨੂੰ ਕੀ ਸੁਨੇਹਾ ਦਿਓਗੇ ਕਿ ਕੀਟਨਾਸ਼ਕਾਂ ਦੀ ਬੜੀ ਵਰਤੋਂ ਕਰਦੇ ਛੱਡਣੀ ਚਾਹੀਦੀ? ਮੈਂ ਕਿਸਾਨਾਂ ਨੂੰ ਕਹਿਣਾ, ਕਿਉਂਕਿ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ, ਅੱਜ ਤੋਂ 15-20 ਸਾਲ ਸਰਕਾਰਾਂ ਨੇ ਪਹਿਲਾਂ ਨਾ ਸਾਨੂੰ ਫ੍ਰੀ ਟਰੈਪ ਦਿੱਤੇ, ਜਿਹੜੇ ਕਿ ਅਸੀਂ ਹੁਣ ਮੁੱਲ ਲੈਂਦੇ ਹੈਗੇ। ਉਹ ਤੋਂ ਟਰੈਪ ਨਹੀਂ ਵਰਤੋਂ ਕੀਤੀ, ਮੈਂ ਟਰੈਪਾਂ ਦੀ ਵਰਤੋਂ ਕਰਦਾ। ਸਭ ਤੋਂ ਜ਼ਿਆਦਾ ਸਮੱਸਿਆ ਸੁੰਡੀ ਦੀ ਆਉਂਦੀ ਹੈ, ਸੁੰਡੀ ਦੇ ਟਰੈਪ ਨਹੀਂ ਮਾਰਦੇ ਹੈਗੇ। ਤੇਲਾ ਚੇਪਾ ਜਿਹੜਾ ਉਹ ਅਸੀਂ ਨਿੰਮ ਦੇ ਤੇਲ ਨਾਲ ਮਾਰਦੇ ਹੈਗੇ। ਔਖੀ ਨਹੀਂ, ਬਹੁਤ ਸੌਖੀ ਆ ਕੋਈ ਕਰਨੀ ਇਹ। ਮੈਂ ਵੀ ਇੱਕ ਕਿਸਾਨ ਹੀ ਹਾਂ, ਛੋਟਾ ਕਿਸਾਨ ਜਿਹੜਾ ਕਰੀ ਜਾਂਦਾ ਗਾ, ਬਾਕੀ ਇਹਨੂੰ ਵੀ ਕਰਨਾ ਚਾਹੀਦਾ ਗਾ, ਕਿਉਂਕਿ ਲੋਕਾਂ ਨੂੰ ਵਿਹਲੇ ਆਤੀ ਰਹਿਣ ਪੈ ਗਈ ਅਤੇ ਮਾੜੇ ਚੀਜ਼ ਖਾਣ ਦੀ ਆਦਤ ਪੈ ਗਈ। ਅਸੀਂ ਬੜੇ ਵਡਭਾਗੇ ਹਾਂ, ਕਿਉਂਕਿ ਮੈਨੂੰ ਬਾਗਬਾਨੀ ਦੇ ਵਿੱਚ ਪਹਿਲਾਂ ਨੈਸ਼ਨਲ ਅਵਾਰਡ ਮਿਲਿਆ ਅਤੇ ਸਾਨੂੰ ਬਾਬੇ ਨਾਨਕ ਦੇ ਜਨਮ ਦਿਨ 'ਤੇ ਜਿਹੜਾ ਸਾਨੂੰ ਇਹ ਅਵਾਰਡ ਸਰਕਾਰ ਨੇ ਦਿੱਤਾ, ਅਸੀਂ ਇਸ ਗੱਲ 'ਤੇ ਧੰਨਵਾਦ ਕਰਨਾ ਚਾਹੁੰਦੇ ਪੰਜਾਬ ਸਰਕਾਰ ਦਾ ਕਿ ਬਹੁਤ ਸੋਹਣਾ ਪ੍ਰਬੰਧ ਸੀ ਉਸ। ਅਸੀਂ ਕਹਿੰਦੇ ਹਾਂ ਕਿ ਸਾਡੀ ਜਿਹੜੀ ਮਿਹਨਤ ਹੈ ਉਹਦਾ ਕਰਕੇ ਇਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਹੌਸਲਾ ਦਿੱਤਾ। ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਪੰਜਾਬ ਸਰਕਾਰ ਦਾ ਕਿ ਬਹੁਤ ਹੀ ਅੱਛਾ। ਮੈਂ ਦਵਿੰਦਰ ਸਿੰਘ ਮੁਸ਼ਕਾਬਾਦ, ਮੈਂ ਬਾਬੇ ਨਾਨਕ ਦੇ ਇਸ ਜਨਮ ਦਿਹਾੜੇ ਉੱਤੇ ਮੈਨੂੰ ਪੰਜਾਬ ਗੌਰਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਵਾ ਜਿੱਤ ਹਰਿਆ ਸਭ ਕੋਏ। ਉਹ ਸਾਡਾ ਰਾਹ ਦਸੇਰਾ ਜਿਹਨੇ ਅੱਜ ਇੱਕ ਜਨਮ ਦਿਨ 'ਤੇ ਨਵੀਂ ਉਮੰਗ ਪੈਦਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਅੱਗੇ ਵੀ ਚੱਲੇਗੀ, ਜਿਹਦੇ 'ਚ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਕੰਮ ਰੋਕਣਾ ਨਹੀਂ ਚਾਹੀਦਾ, ਇਹਨੂੰ ਅੱਗੇ ਤੋਂ ਅੱਗੇ ਹੋਰ ਤੋਰਨਾ ਚਾਹੀਦਾ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਿਹਰਬਾਨ ਸਿੰਘ, ਪਿੰਡ ਸਹੌਲੀ ਪਟਿਆਲਾ ਤੋਂ ਹਾਂ ਜੀ। ਮੈਂ ਐਗਰੀਕਲਚਰ 'ਚ ਬਾਗਬਾਨੀ ਡਿਪਾਰਟ ਖਿੱਤੇ ਵਿੱਚ ਕਿੱਤੇ 'ਚ ਮੈਨੂੰ ਅਵਾਰਡ ਮਿਲਿਆ, ਪਹਿਲਾਂ CM ਅਵਾਰਡ ਵੀ ਮਿਲਿਆ, ਅਤੇ ਮੈਂ ਪੰਜਾਬ ਗੌਰਮੈਂਟ ਦਾ ਬਹੁਤ ਥੈਂਕਸ ਹਾਂ। ਬਾਬਾ ਗੁਰੂ ਨਾਨਕ ਦੇਵ ਸਿੰਘ ਦੇ 550 ਸਾਲੇ 'ਤੇ ਮੈਨੂੰ ਸਨਮਾਨ ਕੀਤਾ ਗਿਆ, ਬਹੁਤ ਵੱਡੀ ਮੈਂ ਧੰਨਵਾਦੀ ਕਰਦਾ। ਅਤੇ ਪਾਕਿਸਤਾਨ ਦਾ ਜੋ ਕਰਤਾਰਪੁਰ ਵਾਲਾ ਲਾਂਘਾ ਲੰਘਿਆ ਸੰਗਤਾਂ ਵਾਸਤੇ, ਉਹ ਬਹੁਤ ਅੱਛੀ ਗੱਲ ਹੋਈ ਹੈ। ਅਤੇ ਇਹੋ ਜਿਹਾ ਬਾਰਡਰ ਵੀ ਖੁੱਲ੍ਹਣਾ ਚਾਹੀਦਾ, ਕਿਉਂਕਿ ਸਾਨੂੰ ਫਾਰਮਰਾਂ ਨੂੰ ਬਹੁਤ ਕੁਛ ਮਿਲਣਾ, ਬਾਰਡਰ ਖੁੱਲ੍ਹਣ ਤੋਂ ਬਾਅਦ ਅਸੀਂ ਆਪਣੀ ਜਿਨਸ ਉੱਧਰ ਵੇਚ ਸਕੀਏ ਅਤੇ ਸਾਨੂੰ ਅੱਛੇ ਰੇਟਸ ਮਿਲ ਸਕਣ, ਕਿਸਾਨੀ ਦਾ ਕੋਈ ਭਵਿੱਖ ਅੱਛਾ ਹੋ ਸਕੇ। ਅਸੀਂ ਬਹੁਤ ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਵੀ ਬਾਰਡਰ ਖੁੱਲ੍ਹ ਜੇ ਅਤੇ ਅਸੀਂ ਆਪਣੀ ਜਿਨਸ ਜਿੰਨਾ ਵੀ ਅਸੀਂ ਆਪਣਾ ਪ੍ਰੋਡਿਊਸ ਵੈਜੀਟੇਬਲ ਪੈਦਾ ਕਰਦੇ ਹਾਂ, ਜਿਹਦੀਆਂ ਪਾਕਿਸਤਾਨ 'ਚ ਬਹੁਤ ਜ਼ਿਆਦਾ ਡਿਮਾਂਡ ਆ। ਅਸੀਂ ਟਮਾਟਰ ਬਹੁਤ ਪੈਦਾ ਕਰਦੇ ਹਾਂ, ਪਟਿਆਲੇ ਜ਼ਿਲ੍ਹੇ ਤੋਂ ਹਾਂ, ਪਟਿਆਲੇ ਜ਼ਿਲ੍ਹੇ 'ਚ ਟਮਾਟਰ ਬਹੁਤ ਪੈਦਾ ਹੁੰਦਾ, ਪਾਕਿਸਤਾਨ 'ਚ ਬਹੁਤ ਡਿਮਾਂਡ ਆ, ਬਹੁਤ ਅੱਛਾ ਰੇਟ ਮਿਲਦਾ।
ਬਾਰਡਰ ਬੰਦ, 2 ਸਾਲ ਬਾਰਡਰ ਬੰਦ ਹੋਣ ਕਰਕੇ ਸਾਨੂੰ ਸਬਜ਼ੀਆਂ ਦੇ ਬਿਲਕੁਲ ਰੇਟਸ ਨਹੀਂ ਮਿਲ ਰਹੇ। ਅਸੀਂ ਆਸ ਕਰਦੇ ਹਾਂ ਸ਼ਾਇਦ ਬਾਬਾ ਨਾਨਕ ਜੀ ਦੇ ਇਸ ਵਜ੍ਹਾ ਦੇ ਨਾਲ ਸਾਡਾ ਬਾਰਡਰ ਖੁੱਲ੍ਹ ਜੇ, ਸਾਨੂੰ ਅੱਛੇ ਰੇਟਸ ਮਿਲ ਸਕਣ, ਅਸੀਂ ਪੰਜਾਬ ਕਿਸਾਨੀ ਨੂੰ ਉੱਪਰ ਲਿਜਾ ਸਕੀਏ, ਜਿਹੜਾ ਸਾਡਾ ਕਿਸਾਨੀ ਦਾ ਭਵਿੱਖ ਹੈ, ਅਸੀਂ ਜੰਗ ਨੂੰ ਵੀ ਅਸੀਂ ਕਿਸਾਨਾਂ ਦੇ ਨਾਲ ਜੋੜ ਸਕੀਏ। ਜਿਹੜੇ ਸਾਡੇ ਜੰਗ ਨੇ ਵਿਦੇਸ਼ਾਂ 'ਚ ਜਾ ਰਹੇ ਨੇ, ਉਹ ਇਸੇ ਕਰਕੇ ਜਾ ਰਹੇ ਨੇ, ਸਾਡੀ ਖੇਤੀ ਕਿਤੇ ਲਾਹੇਵੰਦ ਨਹੀਂ ਰਿਹਾ। ਜੇ ਬਾਰਡਰ ਖੁੱਲ੍ਹ ਜੇ ਸ਼ਾਇਦ ਬਹੁਤ ਲਾਹੇਵੰਦ ਹੋ ਜਾਵੇ, ਅਸੀਂ ਆਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਬਹੁਤ ਸ਼ਲਾਘਾਯੋਗ ਆ, ਕਿਉਂਕਿ ਜਿੰਨਾ ਵੀ ਸ਼ਖਸੀਅਤਾਂ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਕੋਈ ਕਾਰਗੁਜ਼ਾਰੀ ਕੀਤੀ ਹੈ, ਦੇਸ਼ ਦਾ ਨਾਂ ਰੋਸ਼ਨ ਕੀਤਾ, ਉਹਨਾਂ ਨੂੰ ਇੱਥੇ ਇਕੱਤਰ ਕਰਕੇ ਸਨਮਾਨਿਤ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਜਾਗਰਿਤ ਕੀਤਾ ਅਤੇ ਉਹਨਾਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤਾ ਕਿ ਦੇਸ਼ ਲਈ ਨਾਮ ਖੱਟੋ, ਮਿਹਨਤ ਕਰੋ ਅਤੇ ਦੇਸ਼ ਦਾ ਨਾਂ ਰੋਸ਼ਨ ਕਰੋ। ਖਾਸ ਮੌਕਾ ਹੈ ਸਿੱਖਾਂ ਦੇ ਲਈ, 550 ਵਾਲਾ ਪ੍ਰਕਾਸ਼ ਪੁਰਬ ਹੈ ਅਤੇ ਇੱਧਰ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਹੈ, ਲਾਂਘੇ ਨੂੰ ਲੈ ਕੇ ਕੀ ਕਹੋਗੇ, ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ? ਅਸੀਂ ਲੱਕੀ ਹਾਂ ਕਿ ਅਸੀਂ ਇਸ ਟਾਈਮ ਦੇ ਵਿੱਚ ਜੋ ਫੀਲਡ ਦੇ ਵਿੱਚ ਕੰਮ ਕਰਕੇ ਇੱਥੋਂ ਤੱਕ ਪਹੁੰਚੇ ਹਾਂ, ਔਰ ਕਿਸਮਤ ਵਾਲੇ ਹਾਂ ਕਿ ਸਾਨੂੰ ਉਸ ਜਗ੍ਹਾ ਦੇ ਗੁਰੂ ਮਹਾਰਾਜ ਦੀ ਜਗ੍ਹਾ ਦੇ ਦਰਸ਼ਨ ਕਰਨ ਨੂੰ ਮਿਲਣਗੇ ਸਿੱਧੇ ਲਾਈਵ ਜਾ ਕੇ। ਸੋ ਅਸੀਂ ਕਿਸਮਤ ਵਾਲੇ ਹਾਂ ਕਿ ਅਸੀਂ ਇੱਥੇ ਜਨਮ ਲਿਆ ਔਰ ਇੱਥੋਂ ਦੀ ਸੇਵਾ ਕਰ ਰਹੇ ਹਾਂ। ਸਵਾਲ, ਪੰਜਾਬ ਦੀ ਜਵਾਨੀ ਬੜੀ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੀ ਹੈ, ਬਹੁਤ ਸਾਰੀਆਂ ਚੁਣੌਤੀਆਂ ਨੇ ਉਹਨਾਂ ਦੇ ਸਾਹਮਣੇ, ਕੀ ਲੱਗਦਾ ਹੈ ਕਿ ਕਿਸ ਤਰੀਕੇ ਇਹਨਾਂ ਚੁਣੌਤੀਆਂ ਦੇ ਨਾਲ ਨਜਿੱਠਿਆ ਜਾ ਸਕਦਾ? ਦੇਖੋ ਜੀ, ਪੰਜਾਬ ਨੂੰ ਜੋ ਵੀ ਟਾਰਗੇਟ ਮਿਲਦੇ ਨੇ ਉਹਨੂੰ ਅਚੀਵ ਕਰਦੇ ਨੇ, ਔਰ ਜੋ ਵੀ ਹੁਣ ਟਾਰਗੇਟ ਮਿਲਿਆ ਚਾਹੇ ਉਹ ਕਿਸੇ ਵੀ ਲੈਵਲ ਦਾ ਹੋਵੇ ਉਹਨੂੰ ਜ਼ਰੂਰ ਅਸੀਂ ਜਿੱਤਾਂਗੇ ਔਰ ਸਾਫ਼ ਸੁਥਰਾ ਪੰਜਾਬ ਬਣਾਵਾਂਗੇ। ਮੈਨੂੰ ਲੱਗਦਾ ਕਿ ਵਾਹਿਗੁਰੂ ਦੀ ਬਹੁਤ ਜ਼ਿਆਦਾ ਬਖਸ਼ਿਸ਼ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਵੇ ਅਤੇ ਉਸ ਮੌਕੇ ਦੇ ਉੱਤੇ ਉਹਨਾਂ ਨੇ ਆਪਦੀ ਬੇਟੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਉਦੋਂ ਵੱਡੀ ਬਖਸ਼ਿਸ਼ ਕੋਈ ਨਹੀਂ ਹੋ ਸਕਦੀ। ਅਤੇ ਮੇਰੀ ਤਾਂ ਅਰਦਾਸ ਹੈ ਕਿ ਵਾਹਿਗੁਰੂ ਕਰੇ ਇਸੇ ਤਰ੍ਹਾਂ ਹੀ ਉਹਨਾਂ ਦਾ ਮਿਹਰ ਭਰਿਆ ਹੱਥ ਸਾਡੇ ਪਰਿਵਾਰ ਦੇ ਮੇਰੇ ਸਿਰ ਦੇ ਉੱਤੇ ਰਹੇ ਅਤੇ ਅਸੀਂ ਪੰਜਾਬੀ ਮਾਂ ਬੋਲੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਕਰਦੇ ਰਹੀਏ। ਇੱਕ ਸਵਾਲ ਮੈਂ ਲਾਂਘੇ ਬਾਰੇ ਵੀ ਕਰੂੰਗਾ, ਬੜੀ ਲੰਬੇ ਚਿਰਾਂ ਦੀ ਅਰਦਾਸ ਸੀ, ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ, ਉਹਦੇ ਬਾਰੇ ਕੀ? ਅਸੀਂ ਤਾਂ ਰੋਜ਼ ਹਰ ਪਲ ਅਰਦਾਸ ਕਰਦੇ ਹਾਂ ਅਤੇ ਮੈਨੂੰ ਲੱਗਦਾ ਇਸ ਤੋਂ ਭਾਵੁਕ ਮੌਕਾ ਕਿ ਇਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਾਡੇ ਸਾਰੇ ਸਮੂਹ ਵਿਸ਼ਵ ਵਿੱਚ ਵਸਣ ਵਾਲੇ ਸਿੱਖਾਂ ਦੀ ਅਰਦਾਸ ਪੂਰੀ ਹੋਈ ਹੈ ਅਤੇ ਸਾਡੇ ਲਈ ਬਹੁਤ ਖੁਸ਼ੀ ਭਰਿਆ ਮੌਕਾ ਹੈ। ਅਤੇ ਅਸੀਂ ਤਾਂ ਕਹਿੰਦੇ ਹਾਂ ਕਿ ਪਾਕਿਸਤਾਨ 'ਚ ਹੋਰ ਵੀ ਜਿੰਨੇ ਗੁਰਧਾਮ ਨੇ ਉਹਨਾਂ ਸਾਰਿਆਂ ਦੇ ਹੀ ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਉਹ ਦਿਨ ਵੀ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੀਏ। ਕੀ ਕਹਿਣਾ ਚਾਹੋਗੇ, ਪੰਜਾਬ ਸਰਕਾਰ ਨੇ ਜਿਹੜਾ ਸਨਮਾਨ ਦਿੱਤਾ ਹੈ, ਖਾਸ ਮੌਕਾ ਹੈ 550ਵੇਂ ਪ੍ਰਕਾਸ਼ ਪੁਰਬ ਦਾ, ਬਾਬੇ ਨਾਨਕ ਨੂੰ ਚੇਤੇ ਕਰ ਰਹੇ ਹਾਂ ਅਤੇ ਸਰਕਾਰ ਨੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜੋ ਸਮਾਜ ਦੇ ਵਿੱਚ ਅਹਿਮ ਸ਼ਮੂਲੀਅਤ ਕਰ ਰਹੇ ਹਾਂ। ਮੈਂ ਸਮਝਦਾ ਜੀ ਕਿ ਜਿਹੜਾ ਇਹ ਕਾਰਜ ਹੋਇਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਔਰ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ, ਇਹਦੇ ਨਾਲ ਜਿਹੜੇ ਸਾਡਾ ਸਾਂਝੀ ਵਾਲਤਾ ਦੀਆਂ ਜਿਹੜੀਆਂ ਤੰਦਾਂ ਨੇ, ਭਾਈਚਾਰਕ ਤੰਦਾਂ ਨੇ, ਉਹ ਹੋਰ ਵੀ ਮਜ਼ਬੂਤ ਹੋਣਗੀਆਂ। ਔਰ ਬੜੀ ਜਿਹੜੀ ਵਰ੍ਹਿਆਂ ਤੋਂ ਅਸੀਂ ਕਹੀਏ ਕਿ ਜਿਹੜੇ ਸਾਡੇ ਅਧੂਰੇ ਸੁਪਨੇ ਸੀ, ਜਿਹੜੀਆਂ ਸਾਡੀਆਂ ਅਰਦਾਸਾਂ ਸੀ, ਉਹ ਹੁਣ ਉਹ ਗੁਰੂ ਮਹਾਰਾਜ ਨੇ ਸਾਡੀਆਂ ਉਹ ਪੂਰੀਆਂ ਕੀਤੀਆਂ ਨੇ, ਉਹ ਅਰਦਾਸਾਂ ਸੁਣੀਆਂ ਗਈਆਂ ਨੇ। ਔਰ ਇਹਦੇ ਨਾਲ ਸਾਡੇ ਕੇਵਲ ਭਾਰਤ ਵਿੱਚ ਹੀ ਨਹੀਂ, ਸਾਡੇ ਲਹਿੰਦੇ ਪੰਜਾਬ ਦੇ ਵਿੱਚ ਹੀ ਨਹੀਂ, ਪੂਰੀ ਵਿਸ਼ਵ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਹਦੇ ਨਾਲ ਬਹੁਤ ਖੁਸ਼ੀ ਹੈ ਜਿਹੜੀ ਉਹ ਸਾਰੇ ਹਿਰਦਿਆਂ ਨੂੰ ਮਿਲੀ ਹੈ, ਔਰ ਹਿਰਦਿਆਂ ਨੂੰ ਬੜੀ ਠੰਡਕ ਮਿਲੀ ਹੈ ਇਸ ਫੈਸਲੇ ਦੇ ਨਾਲ, ਔਰ ਬਹੁਤ ਸਕੂਨ ਮਿਲਿਆ। ਔਰ ਇਸ ਤਰ੍ਹਾਂ ਦਾ ਮੈਂ ਸਮਝਦਾ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜ੍ਹੀ ਹੈ ਜੀ।